ਟੂਰਨਾਮੈਂਟਾਂ ਦੇ ਆਖਿਰ ਵੀ ਜਿਹੜਾ ਵੀਰ ਹੈ ਕਰਤੱਵ ਕਰਦਾ ਹੈ। ਬਾਕੀ ਮੇਰੇ ਵੀਰੇ ਉਹ ਦੰਦਾਂ ਦੇ ਨਾਲ ਬੁਲਟ ਖਿੱਚਦਾ ਹੈ ਤੇ ਧੰਨਵਾਦ ਕਰਦੇ ਆ ਵੀਰ ਦਾ, ਜ਼ਰੂਰ ਬਣਦਾ ਮਾਣ ਸਨਮਾਨ ਕਰਨਾ ਹੈ। ਇਸ ਤੋਂ ਬਾਅਦ ਤਾੜੀ ਮਾਰ ਦਿਓ ਜ਼ੋਰ ਨਾਲ ਯਾਰ, ਜ਼ੋਰ ਨਾਲ ਤਾੜੀ ਮਾਰ ਦਿਓ। ਇਸ ਤੋਂ ਬਾਅਦ ਧਲੇਰਾਂ ਵਾਲਾ ਨੰਬਰ ਦਾ ਦੀ ਵਾਰੀ ਹੋਣੀ ਹੈ। ਬਹੁਤ ਬਹੁਤ ਧੰਨਵਾਦ ਹੈ ਵੀ ਮੂਲ ਕਰੀਮਾ ਵਾਲਿਆ, ਔਰ ਇਸ ਵੀਰ ਦਾ ਵੀ ਆਪਾਂ ਬਣਦਾ ਮਾਣ ਸਤਿਕਾਰ ਜਿਹੜਾ ਜ਼ਰੂਰ ਕਰਨਾ ਹੈ। ਮੈਂ ਸਾਰੇ ਸਾਡੇ ਦਰਸ਼ਕ ਵੀਰਾਂ ਨੂੰ, ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਬਣਦਾ ਮਾਣ ਸਤਿਕਾਰ ਜਿਹੜਾ ਜ਼ਰੂਰ ਕਰਨਾ ਹੈ। ਬਾਕੀ ਬਾਕੀ ਲੈ ਵੀ ਬਾਣੀ ਵਾਲਿਆ, ਜਿਹੜਾ ਵੀ ਮਤੋਈ ਪਿੰਡ ਦੇ ਵਿੱਚ ਆਇਆ ਨਾ, ਕੋਈ ਖਾਲੀ ਹੱਥ ਨਹੀਂ ਗਿਆ, ਇਹ ਵੀ ਰਿਕਾਰਡ ਆ ਮੇਰੇ ਵੀਰੋ ਆ ਮੇਲੇ ਦਾ। ਪਰ ਜਿਹੜਾ ਮੈਚ ਖੇਡਿਆ ਜਾਣਾ ਹੈ, ਆ ਮੈਚ ਮੇਰੇ ਮਿੱਤਰੋ ਸਾਹ ਰੋਕ ਕੇ ਵੇਖਣ ਵਾਲਾ ਹੋਣਾ ਹੈ। ਉਹ ਇਹ ਚਰਚੇ ਜਿਹੜੇ ਵੱਡੇ ਹੋਣੇ ਆ ਚੱਲਦੇ ਮੈਚ ਦੇ, ਇੱਕ ਪਾਸੇ ਸਾਨੇ ਵਾਲੀ ਟੀਮ ਹੈ ਤੇ ਦੂਜੇ ਪਾਸੇ ਨੂਰਪੁਰ ਵੇਟ ਵਾਲੇ ਮੁੰਡੇ। ਦੂਜਾ ਸੈਮੀ ਜਿਹੜਾ ਸ਼ੁਰੂ ਹੋਣ ਲੱਗਿਆ ਹੈ ਕਿ ਸਮਾਂ ਕਰਤਾ ਸਾਹਮਣੇ ਪਹਿਲੇ ਓਵਰ ਦੀ ਸ਼ੁਰੂਆਤ ਸਾਨੇ ਦੀ ਧਰਤੀ ਦਾ ਹੈਪੀ ਮੇਰੇ ਵੀਰੋ ਬਾਲਾਂ ਪਾਉਣ ਲਈ ਤਿਆਰ ਹੈ ਕਿ ਬਿਗਲ ਬੱਜਿਆ ਕੂਚ ਦਾ ਹੁਕਮ ਹੋਇਆ, ਚੜਿਆ ਸੂਰਮੀ ਮਰਦ ਦਲੇਰ ਮੀਆਂ, ਨਿਕਲਿਆ ਪੁੱਤ ਸਰਦਾਰਾਂ ਦੇ ਸਹਿਰ ਬਣ ਕੇ ਜਿਵੇਂ ਬੇਲਿਓ ਨਿਕਲਦਾ ਸ਼ੇਰ ਮੀਆਂ। ਪਹਿਲੇ ਓਵਰ ਦੀ ਸ਼ੁਰੂਆਤ ਤੇ ਪਹਿਲੀ ਵਾਰ ਪਾਉਣ ਲਈ ਬਾਣੀ ਆ ਰਿਹਾ। ਆਹ ਕਿਵੇਂ ਹੈਪੀ ਹੈ ਮੇਰੇ ਮਿੱਤਰੋ, ਕਿਵੇਂ ਸਾਹਮਣੇ ਮਾਲ ਦੀ ਧਰਤੀ ਦਾ ਤਾਂ ਕਿਵੇਂ ਖਿਡਾਰੀ ਨੇ 31 ਹਜ਼ਾਰ ਦੀਆਂ ਬਾਲਾਂ ਪਾਈਆਂ, ਪਰ ਦੂਜੇ ਪਾਸੇ ਕਿਵੇਂ ਆ ਮੱਥਾ ਹੈ ਨਾਲ ਦੀ ਨਾਲ ਬਾਲਾ ਜਿਹੜੀਆਂ ਪੁੱਜਦੀਆਂ ਕਰਦੀਏ ਲੱਗ ਨੇ ਅੱਜ ਸਾਹਮਣੇ ਮਾੜੀ ਟੀਮ ਦੇ ਲਈ ਮੇਰੇ ਵੀਰੋ। ਕਹਿੰਦੇ ਕਮਾਮਾ ਪਿੰਡ ਦਾ ਉਹ ਕਹਿੰਦੇ ਸੁਖੀ ਦੇ ਨਾਲ ਕਹਿੰਦੇ ਛਿੱਤਰੀ ਦੀ ਧਰਤੀ ਫਲਾਣੇ ਇਲਾਕੇ ਦਾ ਕਹਿੰਦੇ ਕਾਕਾ ਪੁੱਜਿਆ ਹੋਇਆ ਪਾ ਕਹਿੰਦੇ ਅੱਜ ਤੇ ਰਿਕਾਰਡ ਬਣਾਉਣੇ ਪੈਣੇ ਅੱਜ ਸਿਰੇ ਸਿਰੇ ਦੀਆਂ ਪਾਉਣੀਆਂ ਪੈਣੀਆਂ ਮੋਰ ਕਰੀਮ ਵਾਲੇ ਦਾ ਵੀ ਜਿਹੜਾ ਸਨਮਾਨ ਆਪਾਂ ਜ਼ਰੂਰ ਕਰਨਾ। ਚੱਕਰ ਲਾ ਰਿਹਾ ਭਰਾ ਸਾਡਾ, ਬੋਲਟ ਖਿੱਚਿਆ ਤੰਦਾਂ ਦੇ ਨਾਲ, ਪਰ ਸਾਹਮਣੇ ਸਾਹਮਣੇ ਵਾਲੀ ਆ ਇਹ ਮੁੰਡਾ ਵੀ ਹੈਪੀ ਵਾਲਾ ਪਾ ਰਿਹਾ ਹੈ ਤੇ ਸਾਹਮਣੇ ਲੁੱਟੇ ਵਾਲੇ ਵਾਲਾ ਆਇਓ ਰੱਬਾ ਛੱਡਤਾ ਚੜ ਗਈ ਗੱਡੀ ਆਫ ਰੈਂਪ ਤੇ ਚੜ ਗਈ ਵਾਣੀ ਵਾਲਿਆ ਚੜੀ ਰੀ ਹੁਣ ਬਹਿ ਕੇ ਵੇਖੀ ਗੱਡੀ ਆਫ ਰੈਂਪ ਛਿੱਕਾ ਅਨਵਰ ਜੀ ਸਾਰੇ ਕਰਦੇ ਕਰੀ ਹਾਂ ਅਨਵਰ ਜੀ ਹੈ ਔਰ ਮੇਰੇ ਵੀਰੋ ਕਹਿੰਦੇ ਪਹਿਲੀਆਂ ਤੋਂ ਮੇਰੇ ਵੀਰੋ ਕਹਿੰਦੇ ਖੁੱਟੀ ਪਾ ਕੇ ਰੱਖੀ ਨੇ ਗਰਾਊਂਡਾਂ ਦੇ ਵਿੱਚ ਕੀਤਾ ਫੋਨ ਚੱਕ ਕੇ ਚੈੱਕ ਕਰੀ ਸਾਈਲੈਂਟ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਸਾਹਮਣੇ ਵਾਲੀਆਂ ਤਿਆਰ ਹੈ
ਗੱਡੀ ਮੂਹਰੇ ਖੜ ਕੇ ਹੌਸਲਾ ਕਰਕੇ ਵੀ ਪੁੱਤਰਿਆ ਸਾਧ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਠੀਡੀ ਲਾ ਕੇ ਡਿੱਗ ਰਿਹਾ ਰਾਜੇ ਖੁੱਲੇ ਅਰਬ ਪੰਜਾਬੀ ਜੇਰਾ ਰੱਖ ਰਿਹਾ ਕ੍ਰਿਕਟ ਖੇਡਣ ਦਾ ਜਿਗਰਾ ਰੱਖ ਰਿਹਾ ਕ੍ਰਿਕਟ ਖੇਡਣ ਦਾ ਪਰ ਬਾਲ ਜਿਹੜੀ ਸਿਰੇ ਦੀ ਮੁੰਡੇਰੇ ਪਾਈ ਆ ਬਾਲ ਜਿਹੜੀ ਚੋਟੀ ਦੀ ਗੱਭਰੂ ਨੇ ਮੇਰੇ ਵੀਰੇ ਇਹ ਦੂਜਾ ਸੈਮੀ ਆ ਦੂਜਾ ਸੈਮੀ ਇੱਕ ਰੋਟੀਆਂ ਦੀ ਟੀਮ ਫਾਈਨਲ ਚਲੀ ਗਈ ਵੀਰੇ ਬਹੁਤ ਤਕੜਾ ਖੇਡੀ ਆ ਇਹ ਦੂਸਰਾ ਸੈਮੀ ਆ ਬਾਈ ਇੱਕ ਰੋਟੀਆਂ ਦੀ ਟੀਮ ਫਾਈਨਲ ਚਲੀ ਭਰਾ ਸਾਡੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਮੈਂ ਸੱਦੇ ਵੀ ਲਾ ਰਿਹਾ ਵੀ 27-28 ਤੇ 29 ਫਰਵਰੀ ਹੋ ਰਹੀ ਹੈ ਸ਼ਹਿਰ ਦੇ ਕਹਿੰਦੇ ਮੇਰੇ ਵੀਰੋ ਮੇਲੇ ਦੀ ਔਰ ਪਟਾਕੇ ਕਹਿੰਦੇ 1,00,000 ਦੇ ਲਈ ਨੌ ਤੇ ਢਲੋ ਵਾਲਿਆ ਉਹ ਕਮਾਲ ਕਰ ਦਿੱਤੀ ਹੈ 4-6 ਜੁੜ ਗਿਆ ਪਹਿਲਾ ਬਾਲ ਤੋਂ 7 ਜੁੜ ਗਿਆ ਉਧਰ ਮੇਰੇ ਮਿੱਤਰੋ ਸ਼ਹਿਰ ਪਿੰਡ ਦੇ ਵਿੱਚ ਵੀ ਵੱਡਾ ਮੇਲਾ ਹੈ ਜਿਹੜਾ ਭੱਜਿਆ ਰਿਹਾ ਸ਼ਹਿਰ ਵਾਲੇ ਵੀ ਕਹਿੰਦੇ ਆ ਵੀ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੇ ਭਿੜਨਾ ਹੈ ਸ਼ਹਿਰ ਪਿੰਡ ਦੇ ਵਿੱਚ ਮੇਰੇ ਮਿੱਤਰੋ ਪਿੰਡ ਦਾ ਕੈਨੇਡਾ ਕਹਿ ਦੇਣਾ ਵਿਸ਼ਾਲ ਬਾਈ ਕਹਿ ਦੇਣਾ ਗੋਪੀ ਸਰਪੰਚ ਉਹ ਰੁੜਕੀ ਵਾਲੇ ਦੇ ਨਾਲ ਪਿਆਰ ਹੈ ਮੁੰਡੇ ਦਾ ਹੋਰ ਕਿਤੇ ਜੱਗੇ ਹੁਣਾਂ ਦੀਆਂ ਗੱਲਾਂ ਹੋ ਰਹੀਆਂ ਲਾਓ ਸਾਹਮਣੇ ਕਹਿੰਦੇ ਛੋਟੀ ਦੀਪੇ ਹੋਣੀ ਵੀਰ ਆਓ ਜੀ ਸ਼ਹਿਰ ਦੀ ਟੀਮ ਆਈ ਆ 2000 ਮਿੰਟ ਦਾ ਕਿਹੜੇ ਹੋਰ ਵੇਟ ਕਰ ਲੋ ਭਰਾ ਕਹਿੰਦੇ ਔਰ 2000 ਮਿੰਟ ਦਾ ਹੋਰ ਦਾ ਵੀ ਜਿੰਦਰਾ ਵੇਟ ਕਰ ਲੋ ਬਾਲਾ ਬਾਈ ਬਾਲਾ ਦੋ ਜੀ ਗਰਾਊਂਡ ਚ ਬਾਈ ਦੀਪੇ ਬਾਈ ਹੈ ਨੀ ਉੱਥੇ ਪਹਿਲਾਂ ਸਾਰੀਆਂ ਖੋਤੀਆਂ ਜੀ ਮੱਥੇ ਨੇ ਸਾਰੀਆਂ ਖੋਤੀਆਂ ਪਾਲਾਂ ਜਿਹੜੀਆਂ ਜ਼ਰੂਰ ਆਪਾਂ ਪਾਉਂਦੀਆਂ ਕਰ ਲਈਏ ਉਹ ਇੱਕ ਐਚ ਛੱਡਿਆ ਸਾਹਮਣੇ ਵਾਲੀਆ ਤੇ ਹੁਣ ਨੀ ਸੜਦਾ ਕਿਸੇ ਨੂੰ ਕੈਚ ਛੱਡਿਆ ਪਾਲਾਂ ਜਿਹੜੀਆਂ ਮਚਾ ਲਈਏ ਬਾਲਾਂ ਮਚਾ ਲਈਏ ਹੋਰ ਤੇ ਬਾਲਾਂ ਜਿਹੜੀਆਂ ਜ਼ਰੂਰ ਉਹ ਪਾਉਂਦੀਆਂ ਕਰ ਰਹੇਗੇ ਇੱਕ ਉਹਦੀ ਸਮਾਧੀ ਤੋਂ ਬਾਅਦ ਪੋਸਲਾ ਸੇਖ ਵਾਲੇ ਤਾਏ ਨੂੰ ਕਿੰਨੇ ਬਣ ਗਏ ਵੱਡਾ ਭਈਆ ਸਾਡਾ ਹਾਂ ਹੋਰ ਗੱਲ ਸਹੀ ਹੈ ਬਹੁਤ ਸਾਹਮਣੇ ਮਾਣ ਆ ਹੋਇਆ ਭਰਾ ਇਹ ਸਾਡਾ ਮੇਰੇ ਵੀਰੋ ਮਾਨ ਸੇਖੇ ਦੀ ਆਈਡੀ ਤੇ ਅਪਡੇਟ ਚੱਲਦੀ ਹੈ ਉਧਰੋਂ ਆਹ ਸਾਡਾ ਵੀਰ ਜੀ ਨੇ ਕਰਤੱਬ ਕੀਤਾ ਚੱਕਰ ਲਾ ਰਿਹਾ ਉਸ ਵੀਰ ਦਾ ਵੀ ਆਪਾਂ ਮਨ ਦਾ ਮਾਨ ਸਤਿਕਾਰ ਦੇਣਾ ਜ਼ਰੂਰ ਕਰਨਾ ਹੈ ਔਰ ਸਾਡਾ ਭਰਾ ਕਿਤੇ ਗਰਾਊਂਡ ਵਿੱਚ ਚੱਕਰ ਲਾ ਰਿਹਾ ਨੰਗਾ ਵਾਲਾ ਪਾਣੀ ਬਣਾ ਰਿਹਾ ਕੱਲੇ ਕੱਲੇ ਦਸਤਵੀਰ ਕੋਲ ਜਾ ਕੇ ਪਾਣੀ ਦੀ ਸੇਵਾ ਕਰ ਰਹੇ ਨਾਲ ਸੀਮਾ ਕੰਗਰ ਵਾਲੀਆਂ ਇਹਨਾਂ ਵੀਰਾਂ ਦਾ ਵੀ ਆਪਾਂ ਜ਼ਰੂਰ ਜਿਹੜਾ ਮਾਨ ਸਤਿਕਾਰ ਕਰਨਾ ਹੈ ਉਹ ਸਾਹਮਣੇ ਇੱਕ ਓਵਰ ਦੀ ਸਮਾਪਤੀ ਤੇ 29 ਸਕੋਰ ਜਿਹੜੇ ਬਣ ਗਿਆ ਮੇਰੇ ਵੀਰੋ ਤੇ ਆ ਗਿਆ ਸਿਪਰੀ ਦੀ ਧਰਤੀ ਦਾ ਕਾਕਾ ਬੱਲਾ ਪਾਉਣ ਦੇ ਲਈ ਜਿਹੜਾ ਤਿਆਰ ਵਰ ਤਿਆਰ ਹੈ ਲੈ ਵੀ ਬਵਾਨੀ ਵਾਲਿਆ ਲਾਕਡਾਊਨ ਤੋਂ ਪਹਿਲਾਂ ਉਸਤਾਦ ਲੈਦਰ ਕ੍ਰਿਕਟ ਬਹੁਤ ਤਕੜੀ ਖੇਡਦਾ ਰਿਹਾ ਤੇ ਲਾਕਡਾਊਨ ਤੋਂ ਬਾਅਦ ਮੁੰਡੇ ਨੇ ਜਿਹੜੀ ਕੈਸਕੋ ਕ੍ਰਿਕਟ ਖੇਡਣੀ ਸਟਾਰਟ ਕੀਤੀ ਹੈ ਮੇਰੇ ਕਰਕੇ ਹੁਣ ਤੱਕ 2020 ਤੋਂ ਬਾਅਦ ਇੱਕ ਹੋਰ ਵੀ ਇੱਥੇ ਆ ਉਹ 2 ਮੋਟਰਸਾਈਕਲ ਵੀ ਇੱਥੇ ਆ ਇਹਨੂੰ ਦੁਨੀਆ ਉਸਤਾਦ ਕਹਿੰਦੀ ਹੈ ਪਰ ਸਾਹਮਣੇ ਕਲੋਜ਼ ਫਾਈਟਰ ਆ ਗਿਆ ਆਹ ਕਹਿੰਦੇ ਮੇਰੇ ਵੀਰੋ ਕਲੋਜ਼ ਫਾਈਟਰ ਆ ਗਿਆ ਦੋਨਾਂ ਨੇ ਕਹਿੰਦੇ ਫੋੜ ਦਿੱਤੇ ਆ ਉਹ ਟੱਕਰ ਫੋੜਨੀ ਹੋ ਗਈ ਰੱਬਾ ਚੰਗੀ ਤਰ੍ਹਾਂ ਸਰਨਾਵਾ ਵੀ ਨਹੀਂ ਦੱਸਣ ਦਿੱਤਾ ਉਹ ਮੋੜਤਾ ਉਹ ਰਵੀ ਨੂਰ ਪਰਵੇਰ ਦੀ ਧਰਤੀ ਦਾ ਉਹ ਬਾਈ ਕਿਵੇਂ ਲੱਗੀ ਉਸਤਾਦ ਦੀ ਬਾਤ ਤਾਲੀ ਵਾਲੇ ਜੋਰ ਖੇਤੂ ਦੀ ਰਾਹ
ਸਹੀ ਗੱਲ ਆ ਰਿੰਕੂ ਪਹੁੰਚਿਆ ਤੇ ਚਰਤੇ ਤੇ ਹੋਣੇ ਜ਼ਰੂਰ ਹੈ ਵੀਰੂ ਪਾਟ ਪੰਮਾ ਬਾਠਾ ਤੇ ਹੈਰੀ ਬੱਠਲ ਮਾਰ ਕਰ ਰਿਹਾ ਮੁੰਡੇ ਦੀ ਖੇਡ ਦੇ ਉਹ ਲੁਪਿਆਂ ਵਾਲਾ ਸਾਹਮਣੇ ਲਾ ਸਾਹਮਣੇ ਮੇਰੇ ਵੀਰੋ ਬਾਲ ਕਿਹਦੇ ਪੈਰੀ ਹੈ ਪਰ ਕਾਕਾ ਕਹਿੰਦੇ ਸ਼ੇਤੂਰੀ ਵਾਲਾ ਇਹਨੂੰ ਲਾ ਲਈ ਧਰੋ ਵਾਲਿਆ ਵੱਡਾ ਤਜਰਬਾ ਵੱਡਾ ਤਜਰਬਾ ਉਧਰ ਪਾਣੀ ਜਿਹੜਾ ਪਾਉਂਦਾ ਕਰਦੀ ਹੈ ਜੀ ਸਾਨੇ ਵਾਲੀਏ ਹੈਪੀ ਦੇ ਕੋਲ ਪਾਣੀ ਜਿਹੜਾ ਪਾਉਂਦਾ ਕਰਦੀਏ ਉਹ ਸਾਹਮਣੇ ਉਸਤਾਦ ਹੁਣ ਤਾਂ ਬੋਲਰ ਬਣ ਗਿਆ ਉਹ ਲੋਕੀ ਮੰਗ ਕਰ ਰਿਹਾ ਛੱਕੇ ਦੀ ਸਿਰਾ ਮਤੋਈ ਦੇ ਵਿੱਚ ਸਿਰਾ ਆਹ ਮਤੋਈ ਦੇ ਵਿੱਚ ਸਿਰਾ ਹੋ ਗਿਆ ਆਹ ਵੱਡੀਆਂ ਟੀਮਾਂ ਮੇਰੇ ਪਲੇਅਰ ਕਹਿੰਦੇ ਆਮੋ ਸਾਹਮਣੇ ਹੋ ਗਿਆ ਆਹ ਵੱਡੀਆਂ ਟੀਮਾਂ ਵੱਡੇ ਪਲੇਅਰ ਆ ਜਿਹੜੇ ਆਮੋ ਸਾਹਮਣੇ ਹੋ ਗਿਆ ਬਾਲ ਪਾਉਣ ਲਈ ਸ਼ੇਤਰੀ ਵਾਲਾ ਕਾਕਾ ਤਿਆਰ ਤੇ ਦੂਜੇ ਪਾਸੇ ਮੇਰੇ ਵੀਰਾਂ ਆਹ ਦੁਨੀਆਂ ਕਹਿੰਦੇ ਅੱਤਵਾਦੀ ਕਹਿੰਦੀ ਆ ਉਹ ਦੁਨੀਆਂ ਅੱਤਵਾਦੀ ਕਹਿੰਦੀ ਆ ਪਰ ਸ਼ੇਤਰੀ ਵਾਲਾ ਬਾਲਾਂ ਪਾ ਰਿਹਾ ਕੇ ਮਾਰੇ ਤੇ ਢੋਸ ਜਮੋਰਾ ਜੀ ਉਹ ਤਗੜੇ ਦੀ ਧੌਣ ਮਰੋੜੀ ਆ ਸਿਪੁਰੀ ਵਾਲੇ ਨੂੰ ਛੱਕਾ ਮਾਰ ਮੱਥਿਆ ਮਿਆਕ ਥੋੜੀ ਆ ਮਿਆਕ ਥੋੜੀ ਆ ਮੱਥਿਆ ਪੀਸੇ ਤਾਂ ਦੇਖੋ ਕਿਉਂ ਕਿੱਦਾਂ ਆ ਗਿਆ ਸ਼ੇਪੁਰੀ ਵਾਲੇ ਦਾ ਤਾੜੀ ਤੂੜੀ ਹੈ ਕੋਈ ਆਹ ਵੱਡੀਆਂ ਗੱਡੀਆਂ ਬੈਕ ਲਵਾਤੀਆਂ ਵੱਡੀਆਂ ਗੱਡੀਆਂ ਬੈਕ ਲਵਾਤੀਆਂ ਆਹ ਸਾਹਮਣੇ ਕਮਾਲ ਜਿਹੜੀ ਹੋ ਗਈ ਆ ਮੇਰੇ ਵੀਰੋ ਚਰਚਾ ਜਿਹੜੀ ਵੱਡੀ ਹੋ ਗਈ ਆ ਗੱਲਾਂ ਜਿਹੜੀਆਂ ਟਿਕਾਣੇ ਲਾ ਦਿੱਤੀਆਂ ਉਧਰੋਂ ਸਿੰਘਾਣ ਵਾਲੇ ਅਨਵਰ ਨੇ ਮਾਨ ਸਨਮਾਨ ਕੀਤੇ ਆ ਤੇ ਚਰਚਾ ਵੱਡੀ ਹੋ ਗਈ ਹੈ ਸਿੰਪੁਰੀ ਵਾਲੇ ਦੀਆਂ ਬੱਲਾਂ ਪੈਂਦੀਆਂ ਬਾਵਾ ਮੇਰੇ ਵੀਰੋ ਮੁੰਡਾ ਕਿਹਦੇ ਖੇਡ ਦੇ ਮੈਦਾਨ ਦੇ ਵਿੱਚ ਮੂੰਹ ਤੇ ਵੇਦ ਵਾਲਾ ਹੈਰੀ ਹੈਰੀ ਮੇਰੇ ਵੀਰੋ ਕਿਹਦੇ ਮੁੰਡਾ ਬਾਵਾ ਸਾਹਮਣਾ ਕੰਪਨੀ ਕਹਿੰਦੇ ਪਿਆਰ ਪਰ ਪਿਆਰ ਹੈ ਸ਼ੇਤੂਰੀ ਵਾਲਾ ਤੇ ਅੱਜ ਕਹਿੰਦੇ ਆਈ ਤੇ ਆਇਆ ਹੋਇਆ ਆਹ ਸ਼ੇਤੂਰੀ ਵਾਲਾ ਅੱਜ ਕਹਿੰਦੇ ਬੁਰੀ ਤੇ ਆਇਆ ਹੋਇਆ ਅੱਜ ਕਹਿੰਦੇ ਤੁਰੀ ਤੇ ਆਇਆ ਹੋਇਆ ਸਾਹਮਣੇ ਸਾਹਮਣੇ ਬਾਲ ਜਿਹੜੀ ਸਿਰੇ ਦੀ ਮੁੰਡੇ ਨੇ ਪਾਤੀ ਹੈ ਓਵਰ ਦੀ ਸਮਾਪਤੀ ਲਵੀ ਮਾਨ ਸਿੱਖ ਵੱਡਾ ਭਾਈਆ ਸਾਡਾ ਦੱਸ ਦੇ ਕਿੰਨੇ ਹੋ ਗਏ ਵੱਡੇ ਵੀਰੇ 32 ਬਣ ਗਏ ਹੈ ਓਵਰ ਦੀ ਸਮਾਪਤੀ ਤੋਂ ਬਾਅਦ 32 ਸਕੋਰ ਜਿਹੜੇ ਬਣ ਗਏ ਹੈ ਕੇ ਰੱਬ ਤੇ ਸੱਡੀਆਂ ਡੋਲਾ ਨਾ ਪਾਥਾ ਥਾ ਮੱਥੇ ਟੇਕਿਆ ਮਾਨ ਸਾਨੂੰ ਕਿਸੇ ਗੱਲ ਦਾ ਨੀ ਅਸੀਂ ਚੋਵੇ ਕੋਠੇ ਵੇਖੇ ਆ ਯਾਰੀਆਂ ਵਿੱਚ ਵਫਾ ਖੱਟੀ ਆ ਨਾ ਕਦੇ ਕੀਤੀ ਸੋਸੇਬਾਜ਼ੀ ਆ
ਜਿੱਥੇ ਮਾਲਕ ਰੱਖੇ ਰਹਿਣਾ ਪੈਂਦਾ, ਪਤਾ ਨੀ ਰੱਬ ਕਿਹੜੇ ਰੰਗਾਂ ਚ ਰਾਜੀ ਆ, ਜਿੱਥੇ ਮਾਲਕ ਰੱਖੇ ਰਹਿਣਾ ਪੈਂਦਾ ਵੀ ਪਤਾ ਨੀ ਰੱਬ ਕਿਹੜੀਆਂ ਰੰਗਾਂ ਦੇ ਵਿੱਚ ਰਾਜੀ ਹੈ। ਉਧਰ ਪ੍ਰੇਮ ਆਟ ਮੋਟਾ ਹੰਗਰੀ ਭਰਾ ਕਹਿੰਦੇ ਆ ਵੀ ਸੇਪੁਰੀ ਵਾਲੇ ਕਾਕੇ ਨੇ ਲੁਟਿਆਣੇ ਵਾਲਾ ਮੱਥਾ ਮੋੜਿਆ, ਓਏ 1100 ਦਿੱਤਾ ਜਾ ਰਿਹਾ, ਇੱਕ ਤਾੜੀ ਮਾਰੋ ਜੋਰ ਦਾ, ਤਾੜੀ ਮਾਰਦੇ ਆ ਕਮੇਟੀ ਵਾਲੇ ਵੀਰਾਂ ਦੇ ਲਈ। ਹਰ ਇੱਕ ਮੈਚ ਦੇ ਵਿੱਚ ਕਹਿੰਦੇ ਵੱਡੀ ਮਾਇਆ ਲਾਈ ਆ ਰਹੀ ਹੈ, ਮੋਟਾ ਹੰਗਰੀ ਮੇਰੇ ਵੀਰਾਂ ਨਾਲ ਕਹਿੰਦੇ ਪ੍ਰੇਮ ਬਾਠ 1100 ਦੇ ਕਹਿੰਦੇ ਐਲਾਨ ਕਰਵਾਤੇ ਆ ਵੀ ਅੱਜ ਸ਼ੇਪੁਰੀ ਵਾਲੇ ਨੇ ਚਿੱਤ ਖੁਸ਼ ਕਰਤਾ, ਅੱਜ ਸ਼ੇਪੁਰੀ ਵਾਲੇ ਨੇ ਇਕੱਲਾ ਇਕੱਲਾ ਸਾਈਡ ਤੇ ਕਰਕੇ ਕਹਿ ਦੇਣਾ ਵਿਸ਼ਾਲ ਭਾਈ ਉੱਧਰ ਆ, ਕਾਫੀ ਦੂਰ ਆ, ਜੇ ਮੈਨੂੰ ਕਹਿ ਦੇਣਾ ਜਾਂ ਇੱਧਰ ਨੂੰ ਆਊਗਾ ਕਹਿ ਦੇਣਾ। ਤੇ ਸਾਹਮਣੇ ਜੀਵਨ ਪ੍ਰੀਆ ਜੀਵਨ ਪ੍ਰੀਆ ਜੀਵਨ ਪ੍ਰੀਆ ਆਊਟ ਕਰਦਾ ਹੋ ਸਾਹਮਣੇ ਮੇਰੇ ਹੀਰੋ ਪੈਂਦੀਆਂ ਕਹਿੰਦੇ ਬਾਲਾਂ ਦਾ ਬਾਸੂ ਦੀਆਂ ਕਹਿੰਦੇ ਬਾਲਾਂ ਪੈ ਰਹੀਆਂ, ਔਰ ਇਹਦੀ ਕਹਿੰਦੇ ਮੁੰਡਾ ਇੱਕ ਨਵੇਂ ਮੋਟਰਸਾਈਕਲ ਦਾ ਜੇਤੂ ਹੈ ਮੇਰੇ ਵੀਰੋ, ਔਰ ਕਿਹੜੇ ਇੱਕ ਨਵੇਂ ਮੋਟਰਸਾਈਕਲ ਦਾ ਜੇਤੂ ਹੈ, ਇਹ ਬਾਸੂ ਹੈ ਮੇਰੇ ਵੀਰੋ, ਬਾਲ ਪਾਉਣ ਲਈ ਤਿਆਰ ਹੈ ਜੀਵਨ ਪ੍ਰੀਆ ਆਓ ਜੀਵਨ ਪ੍ਰੀਆ, ਦੁਨੀਆਂ ਨੂੰ ਦੱਸਣਾ ਪੈਣਾ ਦੁਨੀਆਂ ਨੂੰ ਦੱਸਣਾ ਪੈਣਾ ਰੱਬਾ ਹੈ ਉਹ ਮੇਰਾ ਰੱਬਾ, ਉਹ ਮੁੰਡਿਆਂ ਦੀਆਂ ਬਾਲਾਂ ਕਿਵੇਂ ਲੱਗਦੀਆਂ ਦੱਸ ਕਿਵੇਂ ਮਾਰ ਦੋ ਤਾੜੀਆਂ ਜੋਰ ਆਹ ਸਿਰਾ ਕਰਤਾ ਸਿਰਾ ਕਰਤਾ ਪ੍ਰੇਮ ਬੈਠੇ ਆਹ ਮੁੰਡਿਆਂ ਨੇ ਸਿਰਾ ਕਰਤਾ ਇੱਥੇ ਰੱਖੋ ਮੁੰਡਿਆਂ ਨੇ ਚਰਚਾ ਕਰਾਤੀ ਹੈ ਗੱਲਾਂ ਜਿਹੜੀਆਂ ਬਾਸੂ ਨੇ ਟਿਕਾਣੇ ਲਾਤੀਆਂ ਇੱਕ ਵੱਡੀ ਮੇਰਾ ਇਹਦਾ ਪਤਨ ਹੋ ਗਿਆ ਆ ਗਿਆ ਦੀਪਾ ਜਿਹਨੇ ਪੂਲ ਕਲੀਅਰ ਕਰਾਇਆ ਉਹ ਜਿਹਨੇ ਕੁਆਟਰ ਜਿਤਾਇਆ ਆ ਗਿਆ ਦੀਪਾ ਨੂਰ ਪਰਵੇਟ ਵਾਲਾ ਦੀਪਾ ਆ ਗਿਆ ਦੀਪਾ ਆ ਗਿਆ ਗੱਲ ਕਹਿੰਦੇ ਪਿੰਡ ਵਾਲਿਆਂ ਤੇ ਆ ਕੇ ਖੜ ਗਈ ਹੈ ਗੱਲ ਕਹਿੰਦੇ ਪਿੰਡ ਵਾਲਿਆਂ ਤੇ ਆ ਕੇ ਖੜ ਗਈ ਹੈ ਵੀ ਗੱਲ ਗੱਲ ਉੱਤੇ ਰਹੇ ਜਿਹਦਾ ਝੁਕਦਾ ਨਿਸ਼ਾਨਾ ਛੱਡ ਦੇਣੀ ਉਸ ਨੂੰ ਕਮਾਂਡ ਚਾਹੀਦੀ ਵੀ 11 ਦੇ ਸਿਰਾਂ ਤੇ ਹੁੰਦੀਆਂ ਲੜਾਈਆਂ ਓਏ ਆਪਣੇ ਵੀ ਟੋਲਿਆਂ ਦੀ ਯਾਦ ਚਾਹੀਦੀ ਦੀਪਿਆ ਆਪਣੇ ਵੀ ਡੋਲਿਆਂ ਦੀ ਜਾਨ ਚਾਹੀਦੀ ਅੱਜ ਕਹਿੰਦੇ ਦੀਪੇ ਹੁਣੀ ਆਏ ਨੇ ਬਾਲ ਪੈ ਰਹੀ ਹੈ ਮਾਮਾ ਵਾਲਾ ਹਾਏ ਮੇਰੇ ਰੱਬਾ ਓਏ ਬੜੀ ਤੇ ਬੜੀ ਕੀ ਜਾਂਦਾ ਓਏ ਇੱਕ ਤਾੜੀ ਮਾਰੋ ਦਰਸ਼ਕੋ ਜੇ ਮੁੰਡਿਆਂ ਦੀਆਂ ਬਾਲਾਂ ਵਧੀਆ ਲੱਗਦੀਆਂ ਜ਼ੋਰ ਨਾਲ ਪਾਸੇ ਭੜਦੇ ਪਾਸੇ ਭੜਦੇ ਸਿਆਣ ਵਾਲੇ ਮੁੰਡੇ ਆਪਣਾ ਬਣਦਾ ਜਿਹੜਾ ਪ੍ਰਾਈਜ਼ ਲੈ ਜਾਣਗੇ ਸਿਆਣ ਦੀ ਟੀਮ ਇਕਿਆਸੀ ਸੌ ਔਰ ਸੈਮੀ ਅੰਦਰ ਜਿਹੜੇ ਪ੍ਰਾਈਜ਼ ਉੱਤੇ ਆ ਰਹੇ 81-100 ਸੈਮੀ ਲੂਜ ਕਰਨ ਵਾਲੀ ਟੀਮ ਆਓ ਜੀ ਸਿਆਣ ਵਾਲੇ ਮੁੰਡੇ ਆਓ ਸਾਹਮਣੇ ਪ੍ਰਾਈਜ਼ ਜਿਹੜਾ ਪ੍ਰਾਪਤ ਕਰ ਲੈਣਗੇ ਭਾਵੇਂ ਵਾਸੂ ਸਿਰਾ ਕਰਾਤਾ ਮੁੰਡੇ ਨੇ ਚਰਚਾ ਕਰਾਤੀ ਚੁੱਪ ਨੇ ਪੈਂਦੀ ਬਾਲ ਬੱਲੇ 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 ਕਿ ਬੰਦਾ ਨੀ ਉਹ ਕੁੱਤਿਆਂ ਦੀ ਯਾਦ ਹੋਣਾ ਏ ਕਰਦਾ ਜੋ ਗਾਲ ਹੋਣਾ ਸਕੀ ਭੈਣ ਨਾਲ ਉਹ ਜਿਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਕੀ ਵੱਡਾ ਖੜਾ ਇਹੋ ਜਿਹੇ ਨੂੰ ਪੁੱਤ ਕਹਿਣ ਨੂੰ ਸੋਮ ਸੋਮ ਗਲੀਆਂ ਚ ਬਥੇਰੇ ਫਿਰਦੇ ਜੰਮਣੇ ਨੀ ਨਾਨਕ ਤੇ ਛਿੰਦੇ ਸੋਹਣਿਆ ਬਾਵਾਂ ਦੀ ਜੋ ਸਾਤੀ ਵਿੱਚੋਂ ਮਿਲਦੀ ਦਲੇਰੀ ਆਹੋ ਡੈਰੀਆਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਆਹੋ ਸਾਹਮਣੇ ਬਾਸੂ ਦੀ ਬਾਲ ਨੂਰ ਪਰਵੇਟ ਵਾਲਾ ਪੱਲੇ ਔਰ ਇੱਧਰ ਸ਼ਹਿਰ ਦੀ ਟੀਮ ਆ ਸ਼ਹਿਰ ਦੀ ਟੀਮ ਨੂੰ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਔਰ ਨਾਲ ਸਾਡੇ ਕਹਿੰਦੇ ਕਲੱਬ ਦੇ ਸਾਰੇ ਵੀਰਾਂ ਵੱਡਾ ਧੰਨਵਾਦ ਕਰਦਾ ਵਧੀਆ ਮੇਲਾ ਕਰਵਾਇਆ ਹੈ ਹਰ ਇੱਕ ਮੈਚ ਦੇ ਵਿੱਚ ਕਹਿੰਦੇ ਮਾਇਆ ਲਾਈ ਆ ਰਹੀ ਹੈ ਔਰ ਇੱਧਰ ਕਹਿੰਦੇ ਸ਼ਹਿਰ ਦੀ ਟੀਮ ਮੇਰੇ ਵੀਰੋ
ਔਰ ਸੈਮੀ ਕਿਵੇਂ ਲੂਜ ਕਰੀ ਤੇ 8100 ਜਿਹੜਾ ਔਰ ਪ੍ਰਾਈਮ ਜਿੱਤਾ ਜਾ ਰਿਹਾ ਔਰ ਵੱਡੀ ਮਾਰ ਕਰਾਤਾ ਭਾਈ ਇੱਕ ਤਾੜੀ ਮਾਰੋ ਯਾਰ ਸਿਆੜ ਵਾਲੇ ਮੁੰਡਿਆਂ ਦੇ ਨਾਂ ਤੇ ਜ਼ੋਰ ਨਾਲ ਯਾਰ ਮੁੰਡੇ ਬਹੁਤ ਤਗੜਾ ਖੇਡਿਆ ਹੈ ਮੁੰਡੇ ਬਹੁਤ ਤਗੜਾ ਖੇਡਿਆ ਹੈ 42 ਹੋ ਗਏ 80 ਰਨ ਕਰਿਓ ਆ ਲਿਆ ਕਿੰਨੀ ਵਧੀਆ ਦਿੱਤਾ ਇੱਕ ਮਿੰਟ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਬਾਈ ਨੂਰਪੁਰ ਰੱਬ ਨੇ ਸੁਣ ਲਈ ਵਾਹ ਉਹ ਤੇਰੇ ਜਾਂਦੇ ਆ ਵਾਹ ਜਾਂਦੇ ਆ ਜਾਂਦਾ ਬੇਸ਼ਕ ਜਾਂਦਾ ਹੀ ਹੈ ਬਾਕੀ ਤੀਜੇ ਪਾਏ ਤੇ ਹੱਥ ਰੱਖੀ ਸੀ ਪਹਿਲੇ ਦੂਜੇ ਤੇ ਰੱਖ ਲੈਂਦਾ ਰੱਖੀ ਵੀ ਤੀਜੇ ਤੇ ਹੈ ਬਾਹਰ 27-28 ਫਰਵਰੀ ਆ ਸ਼ਹਿਰ ਦੇ ਮੇਲੇ ਦੀ ਸਾਰੇ ਵੀਰਾਂ ਨੂੰ ਖੁੱਲੇ ਸੱਦੇ ਬੱਤਰਾ ਭਰਾਵਾਂ ਵੱਲੋਂ ਆਹ ਸਾਹਮਣੇ ਕਮਰੀ ਦੀਆਂ ਵੱਲੋਂ ਪੈਂਦੀ ਹੈ ਮੁੰਡਾ ਸਾਨੇ ਵਾਲੀਆਂ ਦਮਨ ਉਹ ਪਾਲ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਬਵਾਨੀ ਨਾ ਦਮਨਾ ਕਿਤੇ ਸਾਹਮਣੇ ਨਾਲ ਦੀ ਧਰਤੀ ਦਾ ਆ ਕਿਤੇ ਕਾਹੀ ਹੈ ਮੇਰੇ ਵੀਰੋ ਨੂਰਪੁਰ ਬੇਟ ਕਿਤੇ ਪਿੰਡਾਂ ਮੁੰਡਿਆਂ ਦਾ ਆ ਕਿਤੇ ਸਾਹਮਣੇ ਵਾਲੀਆਂ ਨੇ ਅੱਜ ਕਹਿੰਦੇ ਸਾਰੀ ਟੀਮ ਬੰਨ ਕੇ ਖਿਡਾਤੀ ਸਾਰੀ ਟੀਮ ਬੰਨ ਕੇ ਖਿਡਾਤੀ ਜਿਹੜੀ ਇੰਨੀਆਂ ਟੱਕਰ ਲਾ ਦੇ ਬਵਾਨੀਆਂ ਨੇ ਕਿਹਦੇ ਨਾਲ ਹੋਣੀਆਂ ਰੋਟੀਆਂ ਨੀ ਗੁੱਜਰਾਂ ਦੇ ਨਾਲ ਟੱਕਰ ਹੋਣੀ ਆ ਗੁੱਜਰਾਂ ਦੇ ਨਾਲ ਤਿੰਨ ਓਵਰ 42 ਹਾਂਜੀ ਡੋਜੀ ਧਿਆਨ ਨਵੀਂ ਨਵੀਂ ਧਿਆਨ ਰੱਖ ਸੋਹਣਿਆ ਹਾਰ ਕਰੀ ਗੋਲਡ ਹੀ ਹੁਣ ਗੱਲਾਂ ਹੋਈਆਂ ਮੇਰੇ ਵੀਰੋ ਹਾਂ ਸਾਹਮਣੇ ਬਾਲ ਫੇਰ ਦਮਨ ਮੇਰੇ ਵੀਰੋ ਪਾਉਣ ਦੇ ਲਈ ਤਿਆਰ ਫਿਰ ਤਿਆਰ ਹੈ ਨੂਰਪੁਰ ਵੇਟ ਵਾਲਿਆ ਤਕੜਾ ਆਉਣਾ ਪੈਣਾ ਵੀਰੇ ਤੜਕਾ ਕਰਾਉਣਾ ਪੈਣਾ 80-85 ਤੱਕ ਵੀ ਜੇ ਗੱਲ ਬਾਕੀ ਫੇਰ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ ਪਰ ਸਾਹਮਣੇ ਰੋਕਿਆ ਸਾਹਮਣੇ ਵਾਲੀ ਹੈ ਹੋਊਗਾ ਕੁਝ ਨਾ ਕੁਝ ਬਾਲ ਤੇ ਹਾਂ ਬਾਲ ਤੇ ਬਾਕੀ ਕਦੇ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਲਾਵੀ ਨੂਰਪੁਰ ਵੇਟ ਪਾਇਆ ਜਾਂ ਤੇ ਛੱਕਾ ਲਾ ਦੇ ਲਾਵੀ ਸਾਹਮਣੇ ਵਾਲੀਆ ਜਾਂ ਫਿਰ ਡੰਡਾ ਪੱਟ ਦੇ ਆ ਬਾਲ ਤੇ ਖੜਕਾ ਵਰਗਾ ਉਹ ਇੱਧਰ ਨੱਤੀ ਵਾਲਾ ਹੈ ਰੋਟੀ ਵਾਲੀ ਆ ਉਹ ਚੰਦਰਾ ਹਲੇ ਵੀ ਪੁੱਛਦਾ ਕਮੇਟੀ ਵਾਲਿਆਂ ਨੂੰ ਵੀ ਬਾਈ ਟਾਈਆਂ ਪਾ ਦੋ ਉਹ ਚੰਦਰਾ ਹਲੇ ਵੀ ਪੁੱਛਦਾ ਪਹੁੰਚ ਗਏ ਹੁਣ ਤੇ ਇਹਨੂੰ ਜਗਾ ਦੋ ਵੀ ਹੁਣ ਤੇ ਫਾਈਨਲ ਚ ਪਹੁੰਚ ਗਏ ਬਾਕੀ ਕਹਿੰਦੇ ਚਰਚੇ ਆ ਕਿੰਨੇ ਨੱਤੀ ਵਾਲੇ ਦੇ ਆਹ ਕਹਿੰਦੇ ਚਰਚੇ ਆ ਰੋਡੀ ਵਾਲੀ ਆ ਹਾਂ ਕਹਿੰਦੇ ਪਿਆ ਪੂਜੇ ਹੋਇਆ ਉਹ ਬਾਲ ਪਾਉਣ ਦੇ ਲਈ ਗੱਭਰੂ ਕਹਿੰਦੇ ਪਿਆ ਪਰ ਤਿਆਰ ਹੈ ਖੇਡਦੇ ਮੈਦਾਨ ਦੇ ਵਿੱਚ ਮਾਈ ਆਪਣੀ ਮਾਂ ਸਮਝਾ ਲੈ ਬੋਲਣ ਦਾ ਨੂੰ ਢੰਗ ਸਿਖਾ ਲੈ ਨਹੀਂ ਕੋਈ ਚੜਜੂ ਚੰਦ ਵੇ ਹਾਂ ਮੈਂ ਬੁਰੀ ਕਰੂੰਗੀ ਨਬਜਾ ਕਰ ਦੂ ਦੰਦ ਵੇ ਮੈਂ ਬੁਰੀ ਕਰੂੰਗੀ ਆਹ ਨਬਜਾ ਕਰ ਦਮਨਾ ਨੇ ਵੀਰੋ ਸਾਹਮਣੇ ਰਾਤ ਦੀ ਧਰਤੀ ਦਾ ਵੀ ਫੇਰ ਕਹਿੰਦਾ ਉੱਤੇ ਥਾਪੀਆਂ ਤੂੰ ਮਾਰਦਾ ਉਹ ਪਤਾ ਲੱਗ ਜਾਣਾ
ਸਕਿਆ ਕੋਈ ਘਰੇ ਪਰਿਵਾਰ ਦਾ ਵੀ ਕਿਤੇ ਵੀ ਨੀ ਜੀ ਲੱਗਣਾ। ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਵੀ ਘਰੇ ਪਤਾ ਕੀ ਲੱਗਣਾ। ਆਹ ਘੋੜੀ ਘੋੜੀਆਂ ਕਿਵੇਂ ਲੱਗ ਰਿਹਾ ਨੂਰਪੁਰ ਬੈਡਲ ਦੀ ਬੈਟਿੰਗ ਦੱਸੋ ਤਾੜੀ ਮਾਰੋ ਜ਼ੋਰ ਨਾਲ। ਕੀ ਵੱਡੀ ਸਾਰੀ ਤਾੜੀ ਲਾਜੀ ਨੇ ਕਰਿਆ ਪ੍ਰੋਗਰਾਮ ਬਣ ਗਿਆ। ਆਹ ਪ੍ਰੋਗਰਾਮ ਬਣ ਗਿਆ। ਆਹ ਕਿਵੇਂ ਚਰਚੇ ਹੋ ਗਏ। ਆਹ ਗੱਲਾਂ ਟਕਾਣੇ ਲੱਗਿਆ ਪਈਆਂ ਜਿੰਨੇ ਵੀ ਦਰਸ਼ਕ ਵੀਰ ਜਿੰਨੀਆਂ ਵੀ ਟੀਮਾਂ ਆਹ ਮੇਲੇ ਦੇ ਨਾਲ ਜੁੜੀਆਂ। ਜੇ ਮੁੰਡਿਆਂ ਦਾ ਪ੍ਰਬੰਧ ਵਧੀਆ ਲੱਗਿਆ ਟੂਰਨਾਮੈਂਟ ਨਿਰਪੱਖ ਲੱਗਿਆ। ਜੇ ਤੁਸੀਂ ਚਾਹੁੰਦੇ ਹੋ ਖਿਡਾਰੀਆਂ ਦੇ ਪੈਸੇ ਨੀ ਲੱਗੇ ਤੇ ਜਦੋਂ ਟਾਈਆਂ ਪਈਆਂ ਤੇ ਪਲੇਅਰਾਂ ਨੇ ਪਰਚੀਆਂ ਚੱਕੀਆਂ ਤੇ ਤੂੰ ਦੀ ਵੀ ਕਹਿੰਦੇ 12 ਕਿੰਨੇ ਰੱਖੀਆਂ। ਔਰ ਵੀਰੋ ਫਾਈਟ ਦਿੱਤੀ ਨੀ ਉਹ ਮੁੱਕਦੀ ਗੱਲਾਂ ਮੁੰਡਿਆਂ ਨੇ ਪਿੰਡ ਦੀ ਟੀਮ ਵੀ ਨੀ ਖਿਡਾਈ। ਮੁੱਕਦੀ ਗੱਲ ਆ ਮੁੰਡਿਆਂ ਨੇ ਪਿੰਡ ਦੀ ਟੀਮ ਵੀ ਨੀ ਖਿਡਾਈ। ਅਨਬਰੋ ਬਾਈਟ ਤਾਂ ਨੀ ਸੀ। ਚਾਰ ਓਵਰ 55 ਹੋ ਗਿਆ। ਇੱਕ ਮਾਮਾ ਵਾਲਾ ਬੱਲਾ ਪਾਉਣ ਲਈ ਆ ਗਿਆ। ਜਿੰਨੇ ਵੀ ਦਰਸ਼ਕ ਗਰਾਊਂਡ ਦੇ ਨਾਲ ਜੁੜੇ ਆ ਜਿਹੜਾ ਜਿਹੜਾ ਸੁੱਖੀ ਨੂੰ ਪਿਆਰ ਕਰਦਾ ਇੱਕ ਤਾਰੀ ਮਾਰੋ ਯੋਰ ਇੱਥੇ ਰੱਖ। ਓਏ ਦੁਨੀਆ ਮਨਾ ਮੋਹੀ ਪਿਆਰ ਕਰਦੀ ਆ ਪਰ ਹਲਕਾ ਜਿਹਾ ਜਾਨ ਫਿੱਟਾ ਕਮਾਮਾ ਵਾਲੇ ਦੀਆਂ ਬਾਲਾਂ ਪੈਂਦੀਆਂ। ਪੈਂਦੀ ਬਾਲ ਬੱਲੇ 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 ਮੇਰੇ ਰੱਬਾ ਛੱਡਤਾ ਹੋਏ ਕੈਚ ਨੀ ਬਣੀ ਕੀ ਜਾਂਦਾ ਨਵੀ ਓਏ ਬਣੀ ਤੇ ਬਣੀ ਕੀ ਜਾਂਦਾ ਹੈਪੀ ਆ ਮੁੰਡੇ ਹੱਥ ਕੱਚਿਆਂ ਦੇ ਲੱਗਦੇ ਆ ਲਾਲ ਸਾਹਮਣੇ ਮੇਰੇ ਹੀਰੋ ਬਾਲ ਫਿਰ ਪਬਲਿਕ ਖਿਡਾਰੀ ਕਹਿੰਦੇ ਪਿਆਰ ਹੈ ਤਮਾਮਾ ਪਿੰਡਾਂ ਤੇ ਦੂਜੇ ਪਾਸੇ ਕਹਿੰਦੇ ਨੂਰਪੁਰ ਗੇਟ ਦਾ ਆ ਕਰ ਦੱਸਿਆ ਕੋਸ਼ਿਸ਼ ਆ। ਰਣ ਸਿੰਘ ਉਹਦੇ ਬਾਬੇ ਧਰੋਂ ਆਇਆ ਹੈਰੀ ਫੇਰ ਆ ਗਿਆ। ਹੋਏ ਹੈਰੀ ਫੇਰ ਹੈਰੀ ਫੇਰ ਆ ਗਿਆ। ਮੈਂ ਤੋਂ ਪਹਿਲਾਂ ਸੁੱਖੀ ਮੇਰੇ ਵੀਰੋ ਡਾਕਟਰ ਦੇ ਕੋਲ ਜਾ ਕੇ ਆਇਆ ਦਵਾਈ ਲੈ ਕੇ ਆਇਆ ਬੁਖਾਰ ਆ ਮੁੰਡੇ ਨਾਲ ਪਰ ਟੀਮ ਦੇ ਲਈ ਚੋਰ ਲੋਕਾਂ ਨਜ਼ਰ ਆ ਰਿਹਾ ਹੈ। ਇੱਕ ਤਾੜੀ ਬਣਦੀ ਆ ਯਾਰ ਬਾਈ ਦੇ ਨਾਂ ਤੇ ਜ਼ੋਰ ਨਾਲ। ਵਾਹ ਓਏ ਕਮਾਮਾ ਲਿਆ ਐਵੇਂ ਨੀ ਦੁਨੀਆ ਪਿਆਰ ਕਰਦੀ ਐਵੇਂ ਨੀ ਦੁਨੀਆ ਮੰਗ ਕਰਦੀ ਵੀ ਕਮਾਮਾ ਸਾਡੇ ਮੇਲੇ ਤੇ ਆਵੇ। ਅੱਜ ਮਤੋਈ ਪਹੁੰਚਿਆ ਤੇ ਸਾਰੀ ਕਮੇਟੀ ਵੱਲੋਂ ਧੰਨਵਾਦ ਕਰ ਰਿਹਾ। ਦਰਸ਼ਕ ਵੀਰ ਵੀ ਹਮ ਹਵਾ ਕੇ ਪਹੁੰਚੇ ਹੋਏ ਆ ਕਿਉਂਕਿ ਕਈਆਂ ਨੇ ਮੇਰੇ ਮਿੱਤਰੋ ਚਹੇਤੇ ਅੱਜ ਮਤੋਈ ਦੇ ਵਿੱਚ ਖੇਡਦੇ ਨਜ਼ਰ ਆ ਰਿਹਾ। ਬਾਲ ਫੇਰ ਸੁੱਖੀ ਦੀ ਥੋੜਾ ਦਾ ਜੇਤੂ ਵਾਲਾ ਪਾ ਰਿਹਾ ਪੈਂਦੀ ਬਾਲ ਕਮਾਲ ਹੋ ਗਈ ਹੈ। ਫੇਰ ਸਕੋਰ ਦੇ ਵਾਧੇ ਨੂਰਪੁਰ ਵੇਟ ਵਾਲਾ ਕਰ ਗਿਆ। ਇੱਕ ਗੱਲ ਪੱਕੀ ਹੈ ਜੇ ਅਸੀਂ ਟੱਪ ਗਏ ਨਾ ਤੇ ਮੈਚ ਦਾ ਖੰਡਾ ਬਾਲਾ ਖੜਕਣਾ। ਜੇ ਅਸੀਂ 85 ਵੀ ਬਣ ਗਏ ਉਹ ਮੈਚ ਬਾਲਾ ਤਗੜਾ ਖੇਡਿਆ ਜਾਣਾ। ਰਵੀ ਬੁਆਣੀ ਵਾਲਿਆ ਚੱਕ ਮੈਕ ਤੇ ਕਰਦੇ ਸਿਫਤ ਮੁੰਡੇ ਦੀ ਲਾਲ ਸਾਹਮਣੇ ਕਹਿੰਦੇ ਬਾਕੀ ਸਿਰੇ ਦਾ ਮੈਚ ਹੈ। ਔਰ ਮੇਰੇ ਹੀਰੋ ਮੇਰੇ ਜਿਹੜੀ ਟੀਮ ਜਿੱਤ ਗਈ ਰੋਡੀਆਂ ਉਹਦੇ ਨਾਲ ਖੇਡੇਗੀ। ਰੋਡੀਆਂ ਉਹਦੇ ਨਾਲ ਫੈਨਰ ਖੇਡਿਆ ਜਾਣਾ ਹੈ। ਔਰ ਕਿਤੇ ਚਾਚੇ ਹੋਣਗੇ ਔਰ ਗੱਲਾਂ ਕਿਤੇ ਲੱਗਣਗੀਆਂ ਟਿਕਾਣੇ। ਇੱਧਰ ਪੁੱਠੇ ਸਿੱਧੇ ਹੱਥ ਮਾਰੀ ਜਾਂਦਾ ਮੋਰ ਗਰੀਮਾ ਵਾਲਾ।
ਰਾਜ ਨੂੰ ਰਾਜ ਰਹਿ ਸਾਹਮਣੇ ਬਾਲ ਪਾਉਣ ਲਈ ਸੁੱਖੀ ਫੇਰ ਤਿਆਰ ਕਰ ਤਿਆਰ ਹੈ ਪੈਂਦੀ ਬਲਾਰ ਉਧਰ ਮੋਰ ਗਰੀਬ ਵਾਲਾ ਕਹਿੰਦਾ ਵੀ ਕਮੇਟੀ ਵਾਲੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਸਾਰਾ ਮਾਣ ਸਤਿਕਾਰ ਦਿੱਤਾ ਹੈ ਔਰ ਬਹੁਤ ਵੱਡਾ ਕਿਤੇ ਧੰਨਵਾਦ ਸਾਰੇ ਵੀਰਾਂ ਦੇ ਮਾਣ ਸਤਿਕਾਰ ਭਰਾ ਸਾਡੇ ਕਰ ਰਹੇ ਹੈ ਲਾਡੀ ਵੀਰਿਆ ਕਿੰਨੇ ਹੋ ਗਏ ਕਿੰਨੇ ਹੋ ਗਏ ਜੀ ਪੰਜ ਓਵਰ ਮਾਨ ਸਾਹਿਬ 69 ਕੋਈ ਗੱਲ ਨੀ ਕੋਈ ਗੱਲ ਬਣਾ ਲਓ 69 ਵੀਰੇ 69 ਹੋ ਗਏ 69 ਸਕੋਰ ਜਿਹੜੇ ਬਣ ਗਿਆ ਪੰਜ ਓਵਰ ਤੇ 69 ਬਣ ਗਿਆ ਲਾਸਟ ਓਵਰ ਦੀਆਂ ਬਾਲਾਂ ਪਾਉਣ ਦੇ ਲਈ ਮੁੰਡਾ ਮੇਰੇ ਵੀਰੇ ਤਿਆਰ ਵਰ ਤਿਆਰ ਹੈ ਸਾਹਨੇ ਵਾਲੀ ਧਰਤੀ ਦਾ ਚੁਫਰ ਪੱਟੇ ਮੇਲੇ ਜਿੱਤੇ ਕਦੇ ਪੱਤੋ ਦੀ ਗੱਲ ਹੁੰਦੀ ਹੈ ਤੇ ਕਦੇ ਕਰਤਾ ਕਰਾਈ ਮੇਰੇ ਵੀਰੇ ਪਰਵੀ ਦੇ ਮੇਲੇ ਤੇ ਗੱਲਾਂ ਜਿਹੜੀਆਂ ਟਿਕਾਣੇ ਲਾਈਆਂ ਓਏ ਗੱਲਾਂ ਮੁੰਡੇ ਚਰਚਾ ਕਰਾਉਂਦੇ ਆ ਪੰਜਾਬ ਦੇ ਵੱਡੇ ਮੇਲੇ ਜਿੱਤਦੇ ਸਾਹਨੇ ਵਾਲੀਏ ਨੂਰਪੁਰ ਗੇਟ ਵਾਲਾ ਔਰ ਮੇਰੇ ਵੀਰੋ ਕਿਵੇਂ ਹੈਰੀ ਤਿਆਰ ਹੈ ਪੈਂਦੀ ਬਾਲ ਦੇ ਵਿੱਚ ਹੈਰੀ ਦੋ ਛੱਕੇ ਵੀ ਹੋਰ ਵੱਜ ਗਏ ਨਾ ਓਏ ਮੈਚ ਬਣ ਜਾਣਾ ਜੇ ਦੋ ਛੱਕੇ ਵੀ ਹੋਰ ਵੱਜ ਗਏ ਬਾਲ ਸੁਗਮ ਨਹੀਂ ਪੈਂਦੀ ਆ ਸਾਹਮਣੇ ਨੂਰਪੁਰ ਵੇਟ ਵਾਲਾ ਓਏ ਘਰੇ 28 ਤੇ ਇੱਕ ਸਕੋਰ ਦਾ ਵਾਧਾ ਜਿਹੜਾ ਗੱਭਰੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਇੱਕ ਸਿੰਗਲ ਸਕੋਰ ਦੇ ਵਾਧੇ ਕਰ ਦਿੱਤੇ ਆ ਇੱਕ ਸਕੋਰ ਕਿਤੇ ਜਿਹੜਾ ਜੁੜ ਚੁੱਕਿਆ ਮੁੰਡਾ ਨੂਰਪੁਰ ਵੇਟ ਵਾਲਾ ਦਿਲਜੋਤ ਨਾਗਰਾ ਜੀ ਸਾਹਮਣੇ ਸਾਹਮਣੇ ਇੱਕ ਸਕੋਰ ਦਾ ਵਾਧਾ ਤੇ ਆ ਗਿਆ ਫੇਰ ਹੈਰੀ ਸਾਹਮਣੇ ਕਰਨ ਲਈ ਜਿਹੜਾ ਤਿਆਰ ਹੈ ਜਿਹੜੇ ਵੀ ਦਰਸ਼ਕ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਮੇਲੇ ਦੇ ਨਾਲ ਜੁੜੇ ਆ ਸਾਰੇ ਦਰਸ਼ਕਾਂ ਦਾ ਅਸੀਂ ਕਹਿ ਗੜਵਾ ਧੰਨਵਾਦ ਕਰਦੇ ਹਾਂ ਬਹੁਤ ਬੜਾ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਭਰਾ ਸਾਡੇ ਦੂਰੋਂ ਨੇੜੇ ਚੱਲ ਕੇ ਆਇਆ ਹੈ ਸਾਰੇ ਵੀਰਾਂ ਦਾ ਬੜਾ ਧੰਨਵਾਦ ਪਰ ਇੱਕ ਤਾੜੀ ਮਾਰੋ ਕਮਾਮਾ ਇਹਨਾਂ ਦੇ ਜੋਰ ਨਾਲ ਇੱਕ ਹੋਰ ਵਿਕਟ ਜਿਹੜੀ ਆਊਟ ਹੋਈ ਹੈ ਰਨ ਆਊਟ ਦੇ ਰੂਪ ਦੇ ਵਿੱਚ ਇੱਕ ਹੋਰ ਵਿਕਟ ਦਾ ਜਿਹੜਾ ਪਤਨ ਹੋਇਆ ਹੈ ਆਓ ਜੀ ਅਗਲਾ ਬੱਲੇਬਾਜ਼ ਜਿਹੜਾ ਜਲਦੀ ਦੇ ਨਾਲ ਸਾਹਮਣੇ ਬਾਲ ਪਾਉਣ ਦੀ ਖਿਡਾਰੀ ਫਿਰ ਤਿਆਰ ਹੈ ਇੱਕ ਹੋਰ ਸਿਰੇ ਦੀ ਬਾਲ ਜਿਹੜੀ ਪਾਤੀ ਉਧਰ ਬਾਟਾਂ ਵਾਲਾ ਹਰਮਨ ਵੀ ਆ ਰਿਹਾ ਹੈ ਕਬੱਡੀ ਬੜੀ ਤਕੜੀ ਖੇਡੀ ਕਦੇ ਕੰਗਣੇ ਚੋਂ ਮੋਟਰਸਾਈਕਲ ਜਿੱਤੇ ਹੁੰਦੇ ਨੇ ਓਏ ਚਰਕੇ ਰਿਹਾ ਹਰਮਨ ਦੇ ਉਧਰ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਉਹ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਅਸੀਂ ਉਹਨਾਂ ਨੂੰ ਇੱਥੇ ਗੁਜ਼ਰ ਦੇ ਧੰਨਵਾਦ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜੇ ਹੈ ਉੱਧਰ ਕਹਿੰਦੇ ਸਿੰਘ ਤੋਂ ਡਬਲ ਦੀ ਟਰਾਈ ਮਾਰਨਾ ਜੀ ਦੋ ਆ ਗਏ ਜੀ ਦੋ ਆ ਗਏ ਜੀ ਦੋ ਆ ਗਏ ਅੱਸੀ ਦਾ ਟਾਰਗੇਟ ਦੱਸੋ ਜੀ ਕਿੰਨੇ ਬਣੇ ਤੇ ਕਿੰਨੇ ਬਣਾਉਣੇ ਆ ਪਤਾ ਨੀ ਵੀਰੇ ਲਾਡੀ ਕਿਉਂ ਨੀ ਆਇਆ ਕਿੰਨੇ ਬਣ ਗਏ ਅੱਸੀ ਦਾ ਟਾਰਗੇਟ ਆ ਜੀ 79 ਬਣੇ ਤੇ 80 ਸਕੋਰ ਜਿਹੜੇ ਕਰਨੇ ਆ ਜੇ ਸਾਹਨੇ ਵਾਲੀਆਂ ਨੇ ਜਿੱਤਣਾ 79 ਬਣੇ ਆ ਧੰਨ ਵਾਲੇ ਮੇਰੇ ਵੀਰੇ ਗੁਰਵਿੰਦਰ ਹੋਣੀ ਵੀ ਆਏ ਹੋਏ ਆ
ਜੀ ਸਹੀ ਜੀ 62 ਤੇ ਭਾਈ ਮਨਦੀਪ ਵਧੀਆ ਵਧੀਆ ਗੁਰਵਿੰਦਰ ਵੀਰੇ ਵਧੀਆ ਜੀ ਦੱਸੋ ਠੀਕ ਹੋ ਬਹੁਤ ਬੜਾ ਧੰਨਵਾਦ ਕਰ ਰਿਹਾ ਭਰਾ ਸਾਡਿਆਂ ਦਾ ਬਹੁਤ ਵੱਡਾ ਕਿਤੇ ਧੰਨਵਾਦ ਹੈ ਸਾਡੇ ਦਰਮਿਆਨ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਪੁੱਜੇ ਆਏ ਸਰਦਾਰ ਗੁਰਵਿੰਦਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਕਰਮਜੀਤ ਸਿੰਘ ਜੀ 62 ਔਰ ਮਨਦੀਪ ਭਰਾ ਸਾਡਾ ਕਿਤੇ ਅਮਰੀਕਾ ਵਾਲਾ ਵਿਸ਼ੇਸ਼ ਕਰਦੇ ਅੱਜ ਇਸ ਕਿਤੇ ਖੇਡ ਮੇਲੇ ਦੇ ਨਾਲ ਜੁੜਿਆ ਹੈ ਉਹਨਾਂ ਵੀਰਾਂ ਦਾ ਵੀ ਕਿਤੇ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਕਿਤੇ ਮੈਚ ਮੇਰੇ ਵੀਰੋ ਉਹ ਸਾਹਮਣੇ ਸਿਰੇ ਦਾ ਮੈਚ ਉਧਰ ਲੰਗਰ ਕਮੇਟੀ ਭਰਾ ਨੇ ਸਾਡੇ ਮੋਹਨਪ੍ਰੀਤ ਬਾਠ ਜੱਸੀ ਚਾਚਾ ਤਾਰਾ ਚਾਚਾ ਜੱਸਾ ਬਾਠ ਰਮਨ ਬਾਠ ਪ੍ਰੇਮ ਬਾਠ ਗੋਪੀ ਬਾਠ ਸੁੱਖੀ ਬਾਠ ਦੇ ਨਾਲ ਸੁੱਖੀ ਸਿੰਗਰ ਵੀਰ ਦਾ ਵੱਡਾ ਧੰਨਵਾਦ ਕਰਦੇ ਹਾਂ ਜਲਕਾਰ ਜੁਲਫੀ ਵੀਰ ਆ ਸਾਡਾ ਸਤਨਾਮ ਬਾਠ ਲੱਡੂ ਚਾਹੇ ਵੀਰ ਆ ਸਾਡੇ ਵੱਡੇ ਬਾਈਆਂ ਦਾ ਬਹੁਤ ਬੜਾ ਧੰਨਵਾਦ ਹੈ ਇੱਕ ਫੀਲਡਰ ਇੱਕ ਸਬਸਟੀਟਿਊਟ ਖੜੇ ਜੀ ਭਰਾ ਹੈ ਸਾਡਾ ਰਾਜਵੀਰ ਮੇਰੇ ਮਿੱਤਰ ਆਸਟ੍ਰੇਲੀਆ ਵਾਲਾ ਉਹ ਭਰਾ ਵੀ ਸਾਡਾ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਬਹੁਤ ਬੜਾ ਧੰਨਵਾਦ ਕਰ ਰਿਹਾ ਮੇਰੇ ਵੀ ਉਹ ਪ੍ਰਬੰਧਕਾਂ ਦੇ ਨਾਲ ਪਿਆਰ ਹੈ ਕਿ ਅਸੀਂ ਜਿਹਦੇ ਨਾਲ ਖੜੇ ਅਸੀਂ ਖੜੇ ਦਿਲ ਤੋਂ ਮਾਰ ਮਾਰ ਪਾਲਸਾ ਸਹਾਰੇ ਵੀਰੇ ਅਸੀਂ ਘਾਟੇ ਨੀ ਖਾਧੇ ਤਾਂ ਵੀ ਘਾਟ ਕੋਈ ਨਾ ਜੋ ਠੱਗੀ ਜੱਟ ਨਾਲ ਆ ਗਏ ਵੀ ਉਹਨਾਂ ਦੇ ਚਲਾਰੇ ਵੀ ਪਏ ਉਧਰ ਇੱਕ ਫੀਲਡਰ ਆ ਗਏ ਜੀ ਸਬਸਟੀਟਿਊਟ ਬੇਨਤੀ ਹੈ ਜੀ ਦੇਖੇ ਉਹਨਾਂ ਸਭ ਕਾਲੂ ਫੜੀ ਉਹ ਭੱਜ ਗਏ ਬਣ ਮੇਰਾ ਕਾਲੂ ਕਾਲੂ ਕਿੱਥੋਂ ਬਣਿਆ ਸੀਰੀ ਤੂੰ ਹਲਵਾਰੇ ਦਾ ਮੁੰਡਾ ਮੇਲੇ ਦਾ ਆ ਮੈਨੋ ਦੀ ਸੀਰੀ ਬਣਿਆ ਜਿਹੜਾ ਮੁੰਡਾ ਸਾਫੀ ਜੁੜ ਖੜਾ ਹੈ ਇਹ ਜੋਤੀ ਦਾ ਮੇਰੇ ਮਿੱਤਰੋਂ ਨਿੱਕਾ ਵੀਰਾ ਬਾਰਵੀ ਵਾਲੇ ਦਾ ਇਹ ਕਾਲੂਆ ਹੈ ਇੱਥੇ ਰੱਖ ਉਧਰੋਂ ਕਿੰਗ ਖਾਨ ਦਲਵੀਰ ਦੇ ਨਾਲ ਦੀਪਾ ਬਾਈ ਉਹ ਕਹਿੰਦੇ ਆ ਜਿੰਨੀਆਂ ਵਿਗੜਾ ਨੂਰਪੁਰ ਵੇਟ ਵਾਲਾ ਆਊਟ ਕਰਦਾ ਹਰ ਵਿਗੜਾ ਜਿਹੜੀ 200 ਦੀ ਆਉਣੀ ਆ ਜੇ ਕਿਤੇ ਓਏ ਮੁੰਡਾ ਮੇਰੇ ਮਿੱਤਰੋਂ ਸੁੱਖੀ ਕਮਾਮ ਨੂੰ ਆਊਟ ਕਰਦਾ ਰੁਪਈਆ 500 ਦਿੱਤਾ ਜਾਣਾ 500 ਦਿੱਤਾ ਜਾਣਾ ਲੈ ਵੀ ਕਮਾਮਾ ਵਾਲਿਆ ਜਿੱਦਾਂ ਪਹਿਲਾ ਬਾਲਾ ਪਾਈਆ ਆਊਟਰ ਦੇ ਵਿੱਚ ਵੀ ਉਦੇ ਸਿਰਾ ਕਰਵਾਉਣਾ ਪੈਣਾ ਹੈ ਉਦੇ ਸਿਰਾ ਕਰਵਾਉਣਾ ਪੈਣਾ ਮੇਰੇ ਵੀਰੋ ਠੀਕ ਆ ਹਰਮਨ ਬਾਈ ਠੀਕ ਆ 79 ਬਣੇ ਆਏ ਬਾਹਰ ਅਸੀਂ ਬਣੇ ਆਏ 79 ਬਣੇ ਆਏ ਤੇ ਕਹਿੰਦੇ ਅਸੀਂ ਬਣਾਉਣੇ ਜਲਦੀ ਨਾਲ ਉਸਤਾਦ ਜੀ ਮੈਚ ਸ਼ੁਰੂ ਕਰਵਾ ਦਈਏ ਜੀ ਕਰਕੇ ਬਾਲਾਂ ਕਿਹੜਾ ਜਲਦੀ ਨਾਲ ਮੈਚ ਸ਼ੁਰੂ ਹੋਵੇ ਆਪਾਂ ਰੋਜ਼ ਦੇ ਕੂਲੇ ਵੀ ਬੋਲਿਆ ਬਾਣੀ ਵਾਲਿਆ ਸਮੇਂ ਨਾਲ ਮੈਚ ਜਿਹੜੇ ਰੋਜ਼ ਸਮਾਪਤ ਹੁੰਦੇ ਰਹੇ ਆ ਅੱਜ ਵੀ ਬਹੁਤ ਸਮਾਂ ਆਪਣੇ ਕੋਲੇ ਬਹੁਤ ਵਧੀਆ ਸੋਚ ਲੱਗੀ ਆ ਭਰਾਵਾਂ ਦੀ ਪ੍ਰਬੰਧਕ ਕਹਿੰਦੇ ਆ ਵੀ ਜਿੰਨੇ ਵੀ ਭਰਾ ਖੇਡਣ ਆਇਆ ਕੋਈ ਦੂਰੋਂ ਆਉਂਦਾ ਕੋਈ ਬੱਸ ਚ ਆਉਂਦਾ ਕੋਈ ਮੋਟਰਸਾਈਕਲ ਤੇ ਆਉਂਦਾ ਸਮੇਂ ਨਾਲ ਆਪਦੇ ਆਪਦੇ ਘਰਾਂ ਨੂੰ ਜਾਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਸਕੋ ਕ੍ਰਿਕਟ ਖੇਡਦੇ ਪਲੇਅਰਾਂ ਦੇ ਨਾਲ ਬਹੁਤ ਹਾਸੇ ਹੋਏ ਆ ਭਾਵੇਂ ਬੁਲਾਰੇ ਹੋਣ ਤੇ ਪ੍ਰਬੰਧਕ ਚਾਹੁੰਦੇ ਵੀ ਹਰ ਇੱਕ ਜਿਹੜਾ ਘਰੋਂ ਨਿਕਲੇ ਆਪਣੇ ਘਰ ਵਾਪਸ ਪਰਤੇ ਪਰ ਦੂਜੀ ਨੀ ਦੀ ਸ਼ੁਰੂਆਤ ਪਹਿਲੀ ਵਾਰ ਉਹ ਪਹਿਲੀ ਤੇ ਜਿੱਥੋਂ ਛੱਡਿਆ ਕੰਮ ਉੱਥੋਂ ਹੀ ਚੱਕ ਲਿਆ ਉਹ ਕਮਾਮਾ ਐਲਾਨ ਕਰਦਿਆ ਨੂਰਪੁਰ ਬੇਟ ਵਾਲਿਆ ਉਧਰ ਸਰਪੰਚ ਸਾਹਿਬ ਦਾ ਸੁਪੁੱਤਰ ਬੈਠਾ ਉਹ ਕਹਿੰਦਾ ਕਮਾਮਾ ਵਾਲੇ ਦਾ ਹਰ ਇੱਕ ਛੱਕਾ ਜਿਹੜਾ 100 ਦਾ ਹੋਣਾ ਮੇਰੇ ਵੀਰੋ ਪਹਿਲਾ ਛੱਕਾ ਵੱਜ ਗਿਆ ਪਹਿਲਾ ਛੱਕਾ ਵੱਜ ਗਿਆ ਬਾਲ ਫੇਰ ਜਿਹੜੀ ਟਿਕਾਣੇ ਦੀ ਮੁੰਡੇਰੇ ਪਾਤੀ ਹੈ ਖੋ ਦਿਓ ਯਾਰ ਥੋੜੀ ਥੋੜੀ ਬਾਜ ਨੂਰਪੁਰ ਬੇਟ ਵਾਲਾ ਉਹ ਦਰਸ਼ੋ ਤਾੜੀ ਤੂੜੀ ਤੇ ਮਾਰ ਦੋ
ਵੱਡਾ ਮੈਚ ਵੱਡੇ ਪਲੇਅਰ ਆ, ਵੱਡਾ ਮੈਚ ਤੇ ਵੱਡੇ ਪਲੇਅਰ ਆ ਤਮਾਮਾ ਵਾਲਿਆ, ਬਿਗੜ ਤੋਂ ਆ ਕੇ ਮੁੜਦਾ ਤਮਾਮਾ ਵਾਲਿਆ ਅਭੀ ਨੂਰਪੁਰ ਵੇਟ ਤੇ ਸੁੱਖੀ ਤਮਾਮ। ਵਾਹ 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 ਉਹ ਤੇਰੇ ਨੂਰਪੁਰ ਵੇਟ ਵਾਲਿਆ, ਵਾਹ ਫੇਰ ਉਹ ਤੇਰੇ ਟਿਕਾਣੇ ਦੀ ਪਾ ਦਿੱਤੀ ਹੈ ਅਭੀ। ਵਾਹ ਪੌਗਲੀ ਕਹਿੰਦੇ ਰਵੀ ਤਿਆਰ ਹੈ, ਲਾਵੀ ਇੱਕ ਅੱਧਾ ਛੱਕਾ ਤੇ ਕਮਾਵਾ ਵਾਲਿਆ ਹੋਏ ਬਣਦਾ ਇਹਦਾ ਮਾਣ ਸਨਮਾਨ ਤੇ ਬਣਦਾ ਇਹਦਾ, ਇਹਨੇ ਕੱਲ ਹੋਰ ਜਿੱਤਿਆ ਉਹ ਇਹਦਾ ਮਾਣ ਸਨਮਾਨ ਤੇ ਬਣਦਾ, ਇਹਨੇ ਕੱਲ ਹੋਰ ਜਿੱਤਿਆ ਬਾਲ ਪਾਉਂਦੇ ਸੁੱਖੀ ਰਵੀ ਤੇ ਸੁੱਖੀ ਰਵੀ ਤੇ ਸੁੱਖੀ ਬੱਲੇ 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 ਸੁੱਖੀ ਸੁੱਖੀ ਕਮਾਮਾ ਇਹਨੇ ਵੀ ਕਹਿੰਦੇ ਕਈ ਫੋਰ ਜਿੱਤੇ ਆ, ਇਹ ਕਹਿੰਦੇ ਲੇਡੀ ਜੀਤ ਜਿੱਤੀ ਹੈ ਚਾਤਿਆਂ ਦੇ ਵੀ ਵੱਡੇ ਆ, ਇਹ ਸੁਖੀ ਹੈ ਕਹਿੰਦੇ ਕਮਾਮਾ ਪਿੰਡ ਵਾਲਾ ਵੀ ਵਿੱਚ ਪਿੜਾ ਨਾ ਹੋਰ ਫੈਸਲੇ ਨਾਗ ਡਰ ਤੇ ਚੀਕਾਂ ਨੇ ਪੁੱਤ ਜਿੱਤਾਂ ਦੇ ਸੌਕੀ ਹੁੰਦੇ ਫੋੜ ਫੋੜ ਤੇ ਲੜੀਆਂ ਜੀਪਾਂ ਦੇ, ਜਿਹੜਾ ਸਾਹਮਣੇ ਖੜਾ ਇਹਨੇ ਲੜੀ ਵੀ ਜਿੱਤੀ ਹੈ ਇਹਨੇ ਫੋੜ ਵੀ ਜਿੱਤੀ ਹੈ ਜਿਹੜਾ ਪਾਲਾ ਬਾਬਾ ਇਹ ਕੱਲ ਮੇਰੇ ਮਿੱਤਰ ਫੋੜ ਜਿੱਤਿਆ ਮੁੰਡੇ ਨੇ ਤੇ ਚਰਚਾ ਖਿਲਾਰ ਗਿਆ ਉਹ ਨਾਗ ਸੌ ਦੀ ਬੇੜਾ ਰਹੀ ਹੈ ਕਿੰਗ ਖਾਨ ਮਤੋਈ ਵਾਲਾ ਤੇ ਨਾਲ ਦੀਪਾ ਭਰਾ ਕਹਿੰਦੇ ਆ ਇਹ 500 ਦਿੱਤਾ ਜਾਣਾ ਨੂਰਪੁਰ ਬੇਟ ਵਾਲਾ ਕਹਿੰਦੇ 500 ਦੇ ਮਾਣ ਇਹਨੇ ਕਹਿੰਦੇ ਕੱਲ ਹੀ ਫੋੜ ਜਿੱਤ ਗਈ ਮੇਰੇ ਵੀਰੋ ਕਹਿੰਦੇ ਸਿਰਾ ਲਾਇਆ ਆਪ ਕਹਿੰਦੇ ਮੇਰੇ ਮਿੱਤਰੋ ਗੱਲਾਂ ਕਹਿੰਦੇ ਟਿਕਾਣੇ ਲਾਈਆ ਰਵੀ ਇਹ ਕਹਿੰਦੇ ਨੂਰਪੁਰ ਬੇਟ ਵਾਲਾ ਉਹ ਮੁੰਡਾ ਕਹਿੰਦੇ ਸਿਰਾ ਲਾਈ ਆਉਂਦਾ ਹੈ ਮੁੰਡਾ ਕਹਿੰਦੇ ਸਿਰਾ ਲਾਈ ਆਉਂਦਾ ਹੈ ਬਾਲ ਤੋਂ ਵੀ ਫਿਰ ਪਿਆਰ ਹੈ ਟਾਕਾ ਕਹਿੰਦੇ ਸ਼ੇਤਰੀ ਦੀ ਧਰਤੀ ਦਾ ਫੋੜਦਾ ਕਹਿੰਦੇ ਜੇ ਤੂੰ ਫੇਰ ਆ ਗਿਆ ਆਹ ਫੋੜਦਾ ਜੇ ਤੂੰ ਲਾਵੀ ਫੇਰ ਆ ਗਿਆ ਹਉ ਸਾਹਮਣੇ ਸੇਪਰੀ ਵਾਲਾ ਉਸਤਾਦ ਰਵੀ 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 ਲੜ ਗਿਆ ਨਾਗ ਓਏ ਪਹਿਲੇ ਓਵਰ ਚ ਦੋਹਾਂ ਦੇ ਪਹਿਲੇ ਓਵਰ ਚ ਡੱਸ ਗਿਆ ਓਏ ਤੂਰੀ ਵਾਲਿਆ ਕੀ ਕਰਾਤਾ ਇੱਕ ਓਵਰ 10 ਰਨ 2 ਵਿਗੜਾ ਦੋਨੀ ਬਾਹਰਲੇ ਮੋੜੇ ਆਏ ਦੋਨੀ ਬਾਹਰਲੇ ਮੋੜੇ ਆਏ ਲੈ ਵੀ ਵੀਰੂ ਹੁਣ ਨੀ ਕੋਈ ਚੱਕਰ ਐਨਰਜੀ ਡਰਿੰਕ ਦਾ ਹੁਣ ਦਾ ਵੀਰੂ ਕਹਿੰਦਾ ਚਿੱਤ ਕਰ ਰਿਹਾ ਭੰਗੜਾ ਪਾਵਾ ਹੁਣ ਨੀ ਚਿੱਤ ਕਹਿੰਦਾ ਐਨਰਜੀ ਡਰਿੰਕ ਦਾ ਆਹ ਸਾਹਮਣੇ ਮੇਰੇ ਵੀਰੋ ਪਰ ਜਿੰਨਾ ਟਾਈਮ ਸਾਹਮਣੇ ਵਾਲਾ ਖੜਾ ਹੈ ਓਨਾ ਟਾਈਮ ਕੁਝ ਵੀ ਹੋ ਸਕਦਾ ਹੈ ਉਧਰ ਮੋਟਾ ਹੰਗਰੀ ਤੇ ਪ੍ਰੇਮ ਬਾਠ ਭਰਾਵਾਂ ਵੱਲੋਂ 1000 ਰਵੀ ਦੇ ਲਈ ਹੋਰ ਆ ਗਿਆ ਉਹ ਤਾੜੀ ਮਾਰੋ ਜ਼ੋਰ ਨਾਲ ਨੋਟਾਂ ਨੂੰ ਪੈਰ ਲਾਤੇ ਚੰਬਰਿਆਂ ਨੇ ਉਹ ਜਾਂਦੇ ਆ ਤੁਰੇ ਨੋਟ ਰਾਖੀ ਕਹਿੰਦੇ ਮੇਰੇ ਵੀਰੋ ਵੱਡੇ ਮਾਣ ਕੀਤੇ ਆ ਰਹੇ ਹੈ ਮੋਟਾ ਹੰਗਰੀ ਔਰ ਨਾਲ ਮੇਰੇ ਵੀਰੋ ਪ੍ਰੇਮ ਬਾਠ ਦੀਪਾ ਬਾਈ ਔਰ ਨਾਲ ਕਹਿੰਦੇ ਔਰ ਭਰਾ ਸਾਡੇ ਵੱਡੇ ਕਹਿੰਦੇ ਮਾਣ ਕਰਦੇ ਆ ਰਹੇ ਵੱਡੇ ਮਾਣ ਕਰਦੇ ਆ ਰਹੇ ਆ ਸਾਹਮਣੇ ਕਹਿੰਦੇ ਬਾਲ ਪੌਂਗਲੀ ਖਿਡਾਰੀ ਤਿਆਰ ਹੈ ਆਹ ਕਹਿੰਦੇ ਜੀਵਨ ਬੁਰੀਆਂ ਜੀਵਨ ਬੁਰੀਆਂ ਜੀਵਨ ਬੁਰੀਆਂ ਸਾਹਮਣੇ ਜਿਹੜੀ ਚਰਚਾ ਕਰਾਤੀ ਹੈ ਚਰਚਾ ਜਿਹੜੀ ਵੱਡੀ ਹੋ ਗਈ ਹੈ ਸਾਬਤਾ ਮੇਰੇ ਵੀਰੋ ਕਵੀ ਧੜਾ ਫੋਨ ਦੇ ਥੱਲੇ ਹੋ ਕੇ ਵੀ ਸੁਣਿਆ ਜਾ ਸਕਦਾ ਹੈ ਕਵੀ ਜੋਗਨ ਕੋਈ ਗੱਲ ਚੱਕਰ ਨੀ ਮੈਚ ਤੇ ਹਾਰਦੀਆਂ ਰਹਿੰਦੀਆਂ ਟੀਮਾਂ ਉਹ ਯਾਰ ਇੱਕ ਤਾੜੀ ਮਾਰੋ ਹੈਪੀ ਦੇ ਨਾਂ ਤੇ ਭਾਵੇਂ ਅੰਪਾਇਰਾਂ ਨੇ ਡਿਸੀਜਨ ਬਾਅਦ ਚੋਂ ਦਿੱਤਾ ਤੇ ਮੁੰਡਾ ਸੱਚੀ ਬੋਲੀ ਬੋਲ ਗਿਆ ਆਪ ਹੀ ਤੁਰ ਗਿਆ ਇੱਕ ਤਾੜੀ ਮਾਰੋ ਜ਼ੋਰ ਨਾਲ ਯਾਰ
ਬਾਕੀ ਕਹਿੰਦੇ ਹੈਪੀ ਮੇਰੇ ਵੀਰੋ ਨਿਮਰਤਾ ਲਾ ਕੇ ਖਿਡਾਰੀ ਹੈ ਹਰ ਕਿਤੇ ਸਾਹਮਣੇ ਵਾਲੀ ਹੈ ਮੇਰੇ ਵੀਰੋ ਹਰ ਕਿਤੇ ਸੱਚੀ ਬੋਲੀ ਬੋਲੀ ਏਦਾਂ ਦੇ ਬੜੇ ਘੱਟ ਖਿਡਾਰੀ ਹੁੰਦੇ ਆ ਦੀਪਿਆ ਆਹ ਕਹਿੰਦੇ ਏਦਾਂ ਦੇ ਬੜੇ ਘੱਟ ਖਿਡਾਰੀ ਹੁੰਦੇ ਆ ਆਹ ਕਹਿੰਦੇ ਹੈਪੀ ਮੇਰੇ ਵੀਰੋ ਤੁਹਾਡਾ ਕਹਿੰਦੇ ਬਾਪ ਸਾਹਿਬ ਦੋਗੇ ਹਾਂ ਜੀਵਨਪੁਰੀਆ ਆਹ ਕਹਿੰਦੇ ਕਮਾਲ ਕਰੀ ਜਾਂਦਾ ਹੋ ਮੁੰਡਾ ਕਮਾਲ ਕਰੀ ਜਾਂਦਾ ਤੈਨੂੰ ਦੱਸਿਆ ਸੀ ਬਵਾਣੀ ਵਾਲਿਆ ਵੀ ਜੇ ਸੀ ਉਸੀ ਵੀ ਵਰ ਗਏ ਨਾ ਓਏ ਨੂਰਪੁਰ ਵੇਦ ਵਾਲੇ ਰੋਕਣ ਦਾ ਦਮ ਰੱਖਦੇ ਆ ਜੇ ਸੀ ਉਸੀ ਵੀ ਵਰ ਗਏ ਮੁੰਡੇ ਰੋਕਣ ਦਾ ਦਮ ਰੱਖਦੇ ਆ ਬਾਲ ਫੇਰ ਜੀਵਨਪੁਰੀਏ ਦੀ ਸਾਹਮਣੇ ਦਮਨਾ ਤਿਆਰ ਪੈਗੀ ਬਾਲ ਉਹ ਬੱਲੇ 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 ਆਓ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਆਹ ਬੱਲੇ ਬੱਲੇ ਹੋ ਗਈ ਆਹ ਮੁੰਡੇ ਨੇ ਕਹਿੰਦੇ ਡਰਾਈ ਮਾਰੀ ਤੇਰਾ ਨਿਸ਼ੇਧ ਇਹਦਾ ਉਹ ਲੈਣ ਤੋਂ ਪਿੱਛੇ ਲੱਗਿਆ ਵਾ ਬੋਰਡ ਛੇ ਆ ਦਸਵੀਰਾਂ ਨੇ ਵੀ ਉਂਗਲਾਂ ਖੜੀਆਂ ਕਰਦੇ ਨੇ ਵੀ ਮੱਸਿਆ ਕਹਿੰਦੇ ਛੱਕਾ ਵੱਜ ਗਿਆ ਆਓ ਛੱਕਾ ਵੱਜ ਗਿਆ ਰੱਬ ਨੂੰ ਪੀ ਕਹਿੰਦੇ ਸੰਗਤ ਆ ਆਪ ਸਾਰੀ ਸੰਗਤ ਦਾ ਧੰਨਵਾਦ ਹੈ ਜਿਹਨੇ ਵੀ ਭਰਾ ਇਸ ਕਹਿੰਦੇ ਮੇਲੇ ਨਾਲ ਜੁੜੇ ਹੋਏ ਆ ਆਪ ਸਾਹਮਣੇ ਬਾਲ ਫੇਰ ਪਾਂਬਲੀ ਖਿਲਾਰੀ ਧਿਆਨ ਹੈ ਪੈਂਦੀ ਉਹ ਸ਼ਾਟ ਹੋਏ ਮੁੰਡਿਆ ਸ਼ਾਟ ਹੋ ਦਮਨੇ ਬਾਈ ਜਿੰਨੇ ਭਰਾ ਲਾਈਵ ਤੇ ਜੁੜਿਆ ਪੋਸਕੋ ਮੇਰੀ ਜਿੰਦ ਪੇਜ ਨੂੰ ਫਾਲੋ ਜਾਂ ਲਾਈਕ ਕਰ ਲੋ ਬਾਈ ਹਜੇ ਮੈਚ ਮੁੱਕਿਆ ਨੀ ਫੈਸਲੇ ਟੋਟ ਬਲਦੇ ਆ ਹਲੇ ਮੁੱਕਿਆ ਨੀ ਵਾਸੂ ਖੜ ਜਾ ਹਲੇ ਮੁੱਕਿਆ ਨੀ ਵਾਸੂ ਖੜ ਜਾ ਓਏ ਸਾਹਮਣੇ ਦਮਨੇ ਨੇ ਕਮਾਲ ਕਰ ਦਿੱਤੀ ਆ ਅੰਡਰ ਤਗੜੀ ਖੇਡਿਆ ਓਏ ਬਚ ਕੇ ਸਿੱਧੀ ਜੀਵਨ ਪਈਆ ਪੈਂਦੀ ਵਾਲ ਇੱਕ ਵਾਰੀ ਫੇਰ ਓ ਕਿਵੇਂ ਲੱਗਦਾ ਸ਼ਾਟ ਮੁੰਡੇ ਨੇ ਮਾਰ ਦਿਓ ਤਾੜੀਆਂ ਜ਼ੋਰ ਨਾਲ ਸਿਰਾ ਕਰਦਾ ਮੁੰਡਿਆਂ ਨੇ ਸਿਰਾ ਕਰਦਾ ਆਲਾ ਆਲਾ ਵਾਹ ਫੜ ਵਾਸੂ ਤਗੜਾ ਆਵੇ ਖੇਡੀ ਆਲਾ ਰੱਖ ਓਏ ਉਧਰ ਦੀ ਜਿਹੜੀ ਸਮਾਪਤੀ ਆ ਕਿੰਨੇ ਬਣੇ 26 ਬਣ ਗਏ ਕਲੀ ਪਾਉਂਦੀ ਕਰੋ ਜੀ ਗਰਾਊਂਡ ਦੇ ਵਿੱਚ ਕਲੀ ਜਿਹੜੀ ਪਾਉਂਦੀ ਕਰਦੀ ਹੈ ਗਰਾਊਂਡ ਚ 26 ਬਣ ਗਏ 26 ਬਣ ਗਏ ਆ ਦੋ ਓਵਰਾਂ ਦੀ ਸਮਾਪਤੀ ਤੋਂ ਬਾਅਦ 26 ਬਣ ਗਏ ਆ ਤੇ 13 ਦੋਣਾ 26 ਅਤੇ 26 ਰਹਿਣ ਦੇ ਸਾਡੀ ਇੱਥੇ ਲੱਗੀ ਅਤੇ ਲੱਗੀ ਰਹਿਣ ਦੇ ਲੋਕਾਂ ਭਾਣੀ ਠੱਗੀ ਆ ਤੇ ਠੱਗੀ ਰਹਿਣ ਦੇ 13 ਦੋਣ 26 ਅਤੇ 26 ਰਹਿਣ ਦੇ ਨਵੀ ਭੱਜ ਗਏ ਜਾ ਸੋਹਣੇ ਵੀਰਾ ਆ ਗਿਆ ਅੰਦਰ ਵੀਰੇ ਹੱਥ ਨਾਲ ਪਾਇਓ ਆ ਗਿਆ ਰੇਹੜੀ ਵਾਲਾ ਰੇਹੜੀ ਵਾਲਾ ਆ ਗਿਆ ਕਲੀ ਪਾਉਣ ਪਹਿਲਾਂ ਲਾਈਨ ਵਿੱਚ ਆ ਲਿਓ ਜੀ ਜਵਾਕ ਆ ਹੋਰ ਪਾਸੇ ਦਾ ਲਾਈਨ ਪਾ ਦੇਵੇ ਦਮਨ ਲਾਈਨ ਲਾ ਕੇ ਲੱਗ ਪਹਿਲਾਂ 26 ਬਣਿਆ 26 ਦੋ ਓਵਰਾਂ ਤੋਂ ਬਾਅਦ ਹਲੋ ਸਾਹਮਣੇ ਗੋਪੀ ਆ ਗਿਆ ਮੇਰੇ ਵੀਰੋ ਬਾਲਾਂ ਪਾਉਣ ਦੇ ਲਈ ਤੇ ਸਾਹਮਣੇ ਵਾਸੂ ਆਏ ਸਾਹਨੇਆਲ ਦੀ ਧਰਤੀ ਦਾ ਮੁੰਡਾ ਸਾਹਮਣਾ ਕਰਨ ਦੇ ਲਈ ਜਿਹੜਾ ਤਿਆਰ ਵਰ ਤਿਆਰ ਆ ਮੇਰੇ ਵੀਰੋ ਇਹ ਕਿਹੜਾ ਸਿਰੇ ਦਾ ਖੇਡਿਆ ਜਾ ਰਿਹਾ ਹੈ
ਹਲੇ ਕੋਈ ਨੀ ਕਹਿ ਸਕਦਾ ਵੀ ਕਿਹੜੀ ਟੀਮ ਨੇ ਜਿੱਤਣਾ ਹੈ। ਉਹ ਚਰਚੇ ਵੱਡੇ ਹੋ ਰਿਹਾ ਹੈ। ਪਹਿਲੀ ਵਾਰ ਇੱਧਰ ਉੱਧਰ ਇੱਥੇ ਉੱਥੇ ਜਿੱਥੇ ਮਰਜ਼ੀ ਰੱਖ ਇਹਨੂੰ ਬਾਹਰ ਰੱਖ ਆਹ ਜਿੱਥੇ ਮਰਜ਼ੀ ਰੱਖ ਇਹਨੂੰ ਬਾਹਰ ਰੱਖ ਬਾਲ ਫੇਰ ਪਾਵਲੀ ਕਹਿੰਦੇ ਗੱਭਰੂ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਬਾਲ ਕਿਹੜੇ ਸੁਣੇ ਨੂਰਪੁਰ ਦੇਖਣਾ ਉਹ ਮੁੰਡਾ ਕਹਿੰਦੇ ਮੇਰੇ ਵੀਰੋ ਗੋਪੀ ਗੋਪੀ ਪਾਵਲੀ ਖਿਡਾਰੀ ਤਿਆਰ ਹੈ ਮੁੰਡਾ ਕਹਿੰਦੇ ਮੇਰੇ ਮਿੱਤਰੋਂ ਨੂਰਪੁਰ ਵੇਟ ਵਾਲਾ ਆਹ ਖੇਡ ਦੇ ਮੈਦਾਨ ਦੇ ਵਿੱਚ ਬਾਲ ਪਾ ਰਹੇ ਹੈ। ਉਸ ਸਮੇਂ ਨੂਰਪੁਰ ਵੇਟ ਵਾਲੇ ਦੀਆਂ ਬੱਲਾਂ ਪੈਂਦੀਆਂ ਮੇਰੇ ਮਿੱਤਰੋਂ ਸਾਹਮਣੇ ਵਾਲੀ ਆ ਸਾਹਮਣੇ ਵਾਲੀ ਆ ਸਾਹਮਣੇ ਵਾਲੀ ਆ ਸਾਹਮਣੇ ਵਾਲੀ ਆ ਇਹ ਧੁੱਕੀ ਗੱਡੀ ਤੁਰਿਆ ਆਉਂਦਾ ਨੂਰਪੁਰ ਵੇਟ ਵਾਲਿਆ ਉਹ ਤੁਹਾਡੇ ਤੇ ਤੁਹਾਡੀ ਜਿੱਤ ਦੇ ਵਿਚਾਲੇ ਉਹ ਪਾਸੂ ਅੜ ਗਿਆ ਤੁਹਾਡੇ ਤੇ ਤੁਹਾਡੀ ਜਿੱਤ ਦੇ ਵਿਚਾਲੇ ਪਾਸੂ ਖੜ ਗਏ ਕਿੰਗ ਖਾਨ ਚਰਚਾ ਤੇ ਵੱਡੀ ਹੋਣੀ ਹੈ ਯਾਰ ਚਰਚਾ ਕਿਹਨੇ ਵੱਡੀ ਹੋ ਰਹੀ ਹੈ ਬਾਲ ਤੋੜਦੀ ਮੁੰਡਾ ਫਿਰ ਬਿਆਨ ਲੈ ਗਈ ਗੋਪੀਆਂ ਗੱਲ ਬਣਨੀ ਡਾਊਟ ਪਾਉਣੀਆਂ ਪੈਣੀਆਂ ਵੀ ਬਾਲਾਂ ਤੇ ਡਾਊਟ ਪਾਉਣੀਆਂ ਪੈਣੀਆਂ ਉਹ ਸਾਹਮਣੇ ਬਾਲਾਂ ਤੇ ਸਿਰੇ ਦੀਆਂ ਪਾਉਣੀਆਂ ਪੈਣੀਆਂ ਬਾਲਾਂ ਦੇ ਦੋ ਜੀ ਲਾਭ ਸਾਹਮਣੇ ਮੇਰੇ ਹੀਰੋ ਜਦ ਕਿਸਮਤ ਹੋਵੇ ਝੁੱਡੋ ਫਿਰ ਕੀ ਕਰੂਗਾ ਪੌਰਨ ਬੀਟਾ ਕਾ ਦੁੱਧੋ ਆਓ ਸਾਹਮਣੇ ਸਾਹਮਣੇ ਚਾਰ ਫੇਰ ਹਾਂਜੀ ਪਲੇਟ ਆ ਜੀ ਪਲੇਟ ਆ ਜੀ ਪਲੇਟ ਆ ਠੀਕ ਹੈ ਬਾਸੂ ਤਕੜਾ ਪੁੱਤ ਲਾਭ ਸਾਹਮਣੇ ਮੇਰੇ ਹੀਰੋ ਬਾਲ ਕਿਹੜੇ ਪਾਵਲੀ ਖਿਡਾਰੀ ਫਿਰ ਤਿਆਰ ਹੈ ਨੂਰਪੁਰ ਵੇਟ ਵਾਲਾ ਗੋਪੀ ਦੀਆਂ ਕਿਹੜੇ ਬਾਲਾਂ ਬਾਸੂ ਮੇਰੇ ਵੀਰੋ ਬਾਸੂ 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 ਆਹ ਮੁੰਡਾ ਕਹਿੰਦੇ ਕਮਾਲ ਕਰ ਗਿਆ ਉਹ ਮੁੰਡਾ ਕਹਿੰਦੇ ਕਮਾਲ ਕਰ ਗਿਆ ਇੱਕ ਸਕੋਰ ਦਾ ਵਾਧਾ ਆ ਗਿਆ ਦਮਨਾ ਜੀ ਨੇ ਪਿਛਲੇ ਓਵਰ ਦੇ ਵਿੱਚ ਰਿਵਰਸ ਛੱਕੇ ਮਾਰੇ ਆ ਇਹ ਦਮਨਾ ਅੰਡਰ ਦੇ ਵਿੱਚ ਬਹੁਤ ਤਕੜਾ ਖੇਡਿਆ ਥੋੜਾ ਜਿਹਾ ਸਮੇਂ ਗੈਪ ਤੋਂ ਬਾਅਦ ਫੇਰ ਵਾਪਸੀਆਂ ਕੀਤੀਆਂ ਗਰਾਊਂਡ ਦੇ ਵਿੱਚ ਮੁੰਡੇ ਨੇ ਤੇ ਚਰਚਾ ਜਿਹੜੀ ਵੱਡੀ ਕਰਾਈ ਆ ਮੇਰੇ ਵੀਰੋ ਦਮਨ ਸਾਹਮਣਾ ਕਰਨ ਦੇ ਲਈ ਤਿਆਰ ਹੈ ਤੇ ਗੋਪੀ ਦੀਆਂ ਬੱਲਾਂ ਪੈਂਦੀਆਂ ਉਹਨਾਂ ਨੇ ਫੀਲਡ ਘੁਮਾਤੀਆਂ ਥੋੜੀ ਜੀ ਪੈਂਦੀ ਵਾਰ ਇੱਕ ਵਾਰੀ ਫੇਰ ਰਿਵਰਸ ਦੀ ਟਰਾਈ ਕੀਤੀ ਹੈ ਇੱਕ ਵਾਰੀ ਫੇਰ ਰਿਵਰਸ ਦੀ ਟਰਾਈ ਕੀਤੀ ਹੈ ਸਮਾਂ ਪਤਾ ਜੀ ਕਿੰਨੇ ਬਣ ਗਏ ਸੰਤਾਲੀ ਕਿੰਨੇ ਓਵਰ ਕਮਾਲ ਤਿੰਨ ਓਵਰ ਸੰਤਾਲੀ ਅਮਨ ਚੌਂਦਾ ਤੇਤੀ ਰਹਿ ਗਏ ਤੇਤੀ ਅਠਾਰਾਂ ਵੱਲ ਬਸ ਓਏ ਤੇਤੀ ਰਹਿ ਗਏ ਬਸ ਆਓ ਸਾਹਮਣੇ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਸੰਤਾਲੀ ਬਣ ਗਏ ਸੰਤਾਲੀ ਤੇਤੀ ਰਹਿ ਗਏ ਨਾ ਮੰਨੋ ਤੇਤੀ ਸਕੋਰ ਫਾਈਨਲ ਚ ਵੀਰੇ ਇੱਕ ਰੋਟੀ ਵਾਲਾ ਪਿੰਦੇ ਵੀਰੇ ਅਠਾਰਾਂ ਵੱਲ ਰੋਟੀ ਵਾਲਾ ਚਲੀ ਗਈ ਚੌਥੀ ਵਾਰ ਬਸੂ ਆਪ ਪੂਰਾ ਖੇਡੀ ਉਹ
ਵੀਰ ਬਹੁਤ ਬੜਾ ਧੰਨਵਾਦ ਆ ਵੀਰ ਸਾਡਾ ਆਇਓ ਪਿੰਦੇ ਵੀਰੇ ਤੁਸੀਂ ਅੱਜ ਆਏ ਨੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਪਹੁੰਚਿਆ ਮੈਚ ਕੁਝ ਵੀ ਹੋ ਸਕਦਾ ਵੀਰੇ ਕਰ ਦੋ ਸ਼ੇਅਰ ਮੈਚ ਨਾਲੇ ਲਾਈਕ ਕਰ ਲੋ ਪੇਜ ਆਪਣਾ ਬਹੁਤ ਬੜਾ ਕਰ ਦੋ ਸ਼ੇਅਰ ਕਿਰਾਂ ਮੈਚ ਲਾਸਟ ਬਾਲ ਤੱਕ ਜਾਊ ਵਿਕਟ ਤੋਂ ਪਿੱਛੇ ਆ ਗਈ ਬਾਈਡੀ ਹੋਣੀ ਇੱਕ ਸਕੋਰ ਦਾ ਵਾਧਾ ਜਿਹੜਾ ਕੱਪਰੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਸਾਹਮਣਾ ਆ ਗਿਆ ਫੇਰ ਉਹਦਾ ਸਾਹਮਣਾ ਕਰਨ ਲਈ ਜਿਹੜਾ ਤਿਆਰ ਵਰ ਤਿਆਰ ਹੈ ਆਪ ਸਾਹਮਣੇ ਕਹਿੰਦੇ ਮੇਰੇ ਵੀਰੋ ਦਮਣਾ ਕਹਿੰਦੇ ਤਿਆਰ ਵਰ ਤਿਆਰ ਹੈ ਮੁੰਡਾ ਕਹਿੰਦੇ ਸਾਹਮਣੇ ਬਾਲ ਦੀ ਧਰਤੀ ਦਾ ਇੱਕ ਪਾਸੇ ਕਹਿੰਦੇ ਨੂਰਪੁਰ ਬੇਟ ਪਿੰਡ ਹੈ ਕਹਿੰਦੇ ਮੁੰਡਿਆਂ ਦਾ ਬਾਲ ਪਾਉਣ ਦੇ ਲਈ ਕਹਿੰਦੇ ਬਾਵਾ ਤਿਆਰੇ ਅੱਜ ਨਾ ਕਰਾਈ ਬਹਿ ਜਾ ਦਸ ਕਰਵਾਵਾਂਗੇ ਕਦੋਂ ਵੀ ਜੇ ਅੱਜ ਨਾ ਕਰਾਈ ਬਹਿ ਜਾ ਦਸ ਕਰਵਾਵਾਂਗੇ ਕਦੋਂ ਆਹ ਮੁੰਡਾ ਕਹਿੰਦੇ ਕਰ ਰਿਹਾ ਹੋਇਆ ਕੋਸ਼ਿਸ਼ ਇੱਧਰ ਕਹਿੰਦੇ ਰਣ ਸਿੰਘ ਜਾਂ ਫਿਰ ਡਬਲ ਕੱਲ ਸਮੇਂ ਦੀ ਲੜੀ ਧੋ ਵਾਲਾ ਬਾਸੂ ਆ ਗਿਆ ਹੋ ਸਾਹਮਣੇ ਬਾਸੂ ਆ ਗਿਆ ਬਾਬੇ ਨੇ ਸਿਰੇ ਦੀਆਂ ਬੱਲਾਂ ਪਾ ਦਿੱਤੀਆਂ ਹਰੇਕ ਬਾਲਰ ਇੱਕ ਹੀ ਓਵਰ ਪਾ ਸਕਦਾ ਦੋਨੇ ਬਾਹਰਲੇ ਪਾਉਂਦੇ ਆ ਤੇ ਚਾਰ ਪਿੰਡ ਦੇ ਗੱਭਰੂ ਨੇ ਆਪਣੀ ਟੀਮ ਲਈ ਜੋੜ ਦਿੱਤੇ ਆ ਕੋਈ ਸਾਨੀ ਹੋਈ ਮੁੰਡੇ ਦੀ ਬੈੜੇ ਕਿਵੇਂ ਲੱਗ ਰਹੀ ਆ ਦਰਸ਼ਕੋ ਇੱਕ ਤਾੜੀ ਮਾਰਦੇ ਮੁੰਡਿਆਂ ਦੇ ਨਾਂ ਤੇ ਤਾੜੀਆਂ ਭੱਜੀਆਂ ਨੇ ਮੇਰੇ ਮਿੱਤਰ ਉਹ ਲੋਕੀ ਮੈਚ ਦੇ ਨਾਲ ਜੁੜੇ ਪਿਆ ਇੱਥੋਂ ਪਤਾ ਲੱਗਦਾ ਪੈਂਦੀ ਬਾਲ ਫੇਰ ਸਾਹਮਣੇ ਬਾਸੂ ਮਿਲੋ ਉਹ ਵੱਡੀ ਟਰਾਈ ਕਰ ਰਿਹਾ ਦੂਜੇ ਦੀ ਟਰਾਈ ਹੋ ਰਹੀ ਹੈ ਭੱਜ ਭੱਜ ਭੱਜੋ ਮਿੱਤਰਾ ਇੱਕ ਸਕੋਰ ਦਾ ਵਾਧਾ ਤੇ ਆ ਗਿਆ ਤਮਨ ਲਵੀ ਬਾਣੀ ਵਾਲਿਆ ਸਾਹਮਣੇ ਮੇਰੇ ਵੀਰੋ ਮੁੰਡਾ ਕਦੇ ਤਿਆਰ ਹੈ ਤਮਨਾ ਹੈ ਕਦੇ ਮੇਰੇ ਵੀਰੋ ਸਾਹਮਣੇ ਆ ਗਈ ਧਰਤੀ ਦਾ ਆਹ ਪੈਂਦੀਆਂ ਬਾਲਾਂ ਦਾ ਕਦੇ ਸਾਹਮਣਾ ਜੰਗਲੀ ਖਿਡਾਰੀ ਤਿਆਰ ਹੈ ਲਵੀ ਨੂਰਪੁਰ ਬੋਰਡ ਵਾਲਿਆ ਆ ਬਾ ਤੇ ਕੁਝ ਨਾ ਕੁਝ ਆਹ ਕਰਨਾ ਪੈ ਰਿਹਾ ਪੈਂਦੀ ਬਾਲ ਰਨ ਸ਼ੀਲਾ ਦੋ ਡਬਲ ਦੇ ਲਈ ਭੱਜ ਰਹੇ ਆਹ ਮੁੰਡੇ ਕਹਿੰਦੇ ਮੇਰੇ ਵੀਰੋ ਡਬਲ ਦੇ ਲਈ ਭੱਜ ਰਹੇ ਆਹ ਕਦੇ ਦੋ ਰਨਾਂ ਦੇ ਵੱਧ ਹੋ ਗਏ ਉਨਾਹਟ ਬਣ ਗਿਆ 59 ਹੋ ਗਿਆ 59 ਹੋ ਗਿਆ 59 ਤੇ ਇੱਕ 60 ਤੇ ਵੀ 80 21 ਇੱਕ ਸਕੋਰ ਜਿਹੜੇ ਬਾਕੀ ਆ ਹੁਣ 12 ਵਾਲਾ 21 ਰਹਿ ਗਿਆ ਕੇ ਫਸ ਗਿਆ ਮੈਚ ਫਸ ਗਈਆਂ ਕੁੰਡੀਆਂ ਓਏ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਦੂਜਾ ਸੈਮੀ ਤਗੜਾ ਸੈਮੀ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਨਹੀਂ ਵੀਰੇ ਕਹਿੰਦੇ ਤਗੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਆਹ ਕਦੋਂ ਸੈਨ ਕਰਕੇ ਹੋ ਰਿਹਾ ਬਾਲ ਪਾਉਂਦ ਲਈ ਮੁੰਡਾ ਨੂਰਪੁਰ ਬੇਟ ਦਾ
ਕਹਿੰਦੇ ਉਮਰ ਇੱਕ ਹੈ, ਆਰ ਕਹਿੰਦੇ ਚਰਚੇ ਹੋਣਗੇ, ਬਾਲ ਕਹਿੰਦੇ ਮੇਰੇ ਵੀਰੋ ਲੂਤਰ ਬੇਟ ਵਾਲੇ ਵੀ ਇੱਕੋ ਜਿਹਾ ਰੰਗ ਹੋ ਜੇ, ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ, ਸਾਡਾ ਦਾਤੀਆਂ ਤੇ ਕਈਆਂ ਦਾ ਵੀ ਮੀਆਂ ਵਾਲੀ ਮੰਡੀ ਵਿੱਚ ਬੈਠ ਕੇ ਲਗਾਉਂਦਾ ਵੀ ਕਰੀ ਕਿਤੇ ਮੇਰ ਰੱਬਾ ਤੂੰ ਦਿੱਲੀ ਤੇ ਲਾਹੌਰ ਦਾ, ਵੀ ਕਰੀ ਕਿਤੇ ਮੇਰ ਰੱਬਾ ਤੂੰ ਦਿੱਲੀ ਤੇ ਲਾਹੌਰ ਦਾ। ਲੇਕ ਸਕੋਰ ਦੇ ਵਾਧੇ ਮੁੰਡੇ ਨੇ ਕਹਿੰਦੇ ਕਰ ਦਿੱਤੇ, ਅਗਲੀ ਵਾਰ ਫੇਰ ਪਾਂਗਲੀ ਨੂਰਪੁਰ ਦੇਖਦਾ ਲਵੀ ਧਨਾ ਵਾਲਾ ਤਿਆਰ ਹੈ। ਉਸ ਸਾਹਮਣੇ ਬੀਨ ਦੀਆਂ ਵੱਲਾਂ ਪੈਂਦੀਆਂ ਮੇਰੇ ਵੀਰੋ, ਮੁੰਡਾ ਬਾਲ ਪੈਣ ਲਈ ਹੋਰ ਤਿਆਰ ਪਰ ਤਿਆਰ ਹੈ, ਬੀਨ ਦੀਆਂ ਵੱਲਾਂ ਪੈਂਦੀਆਂ। 15 ਫਰਵਰੀ ਦਾ ਦਿਨ ਹੈ ਉਹ, ਅੱਜ ਦੇ ਦਿਨ ਸਾਨੂੰ ਸਦਾ ਲਈ ਵਿਛੋੜੇ ਦਿੱਤੇ ਦੀਪ ਸਿੱਧੂ ਨੇ। ਦੀਦੀ ਚਰਚਾ ਹੁੰਦੀ ਸੀ ਹੁੰਦੀ ਰਹੂਗੀ, ਇਹ ਵੀ ਗੱਲ ਸੱਚੀ ਹੈ ਮੇਰੇ ਵੀਰੋ। ਸਿਰੇ ਦੀ ਵੱਲ ਪੈ ਗਈ ਹੈ। ਥੈਂਕ ਯੂ ਸੁਸ਼ਾਂਤ ਪਾਠਕ ਵੀਰੇ, ਧੰਨਵਾਦ ਵੀਰੇ, ਧੰਨਵਾਦ ਜੀ। ਸੰਦੀਪ ਦੀ ਚਰਚਾ ਸਾਨੂੰ ਸਦਾ ਲਈ, ਹਾਂਜੀ ਹਾਂਜੀ ਵਿਸ਼ਾਲ ਬਾਈ ਦੱਸੋ, ਮਿੱਤਰੋ ਵਿਛੋੜਾ ਦਿੱਤਾ ਤੇ ਸਦਾ ਲਈ ਗੱਲਾਂ ਹੁੰਦੀਆਂ ਰਹਿਣੀਆਂ। ਲਵੀ ਦਵਣਿਆ ਉਹ ਮੈਚ ਸਿਰੇ ਤੇ ਆ ਗਿਆ, ਫਿੱਟ ਹੋ ਕੇ ਖੇਡਣਾ ਬੜਾ ਬਾਣੀ ਵਾਲਿਆ, ਕਿਹੜੇ ਮੁੰਡੇ ਨੂੰ ਹਾਕੀ ਫਿੱਟ ਹੋਣਾ ਪੈਣਾ, ਹੋਣਾ ਪੈਣਾ ਨਹੀਂ ਤੇ ਫਿਰ ਨੂਰਪੁਰ ਬੇਟ ਵਾਲੇ ਤੇ ਫਿੱਟ ਹੀ ਨੇ, ਆਹ ਫਿੱਟ ਹੀ ਨੇ। ਬਾਲ ਪੈ ਗਈ ਹੈ, ਪੈਂਦੀ ਬਾਲ, ਹਾਂ ਵਾਹ ਉੱਤਰੇ ਗੱਬਰੂਆ, ਬਾਲ ਫੇਰ ਜਿਹੜੀ ਕਦੇ ਟਿਕਾਣੇ ਦੀ ਬਾਤ ਉੱਠੀ ਹੈ। ਆਹ ਮੁੰਡਾ ਕਿਵੇਂ ਮੇਰੇ ਵੀਰੋ, ਬਾਲਾ ਕਿਵੇਂ ਮੇਰੇ ਤੈਨੂੰ ਕਦੀ ਸ਼ਾਮ ਮਾਦਰੇ ਵਾਲੇ ਬੀਮ ਦੀਆਂ ਗੱਲਾਂ ਆ ਬੈਠਾ ਕਹਿੰਦੇ ਵਿੱਚ ਕਿਵੇਂ। ਹਾਂਜੀ ਹਾਂਜੀ ਮਨਦੀਪ ਭਾਈ ਮੰਡੀ, ਉਹ ਨੂਰਪੁਰ ਬੇਟ ਮਾ ਸਾਹਮਣੇ ਬੀਨ ਵੱਲਾਂ ਪਾ ਰਿਹਾ ਮੇਰੇ ਮਿੱਤਰੋ, 21-22 ਸਾਲਾਂ ਦੀ ਉਮਰ ਹੈ ਮੁੰਡੇ ਦੀ, ਕਿ ਜਿਹੜੇ ਰੰਨਾਂ ਦੇ ਸੀ ਲੱਕ ਮਿਲਦੇ ਉਹ ਅਸਲੇ ਤੇ ਗਾਉਣ ਲਾਤੇ ਨੀ, ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਨਾ ਮੂਸੇ ਪਿੰਡ ਆਉਣ ਲਾਤੇ ਨੀ, ਅਣਖੀ ਨੇ ਬੋਲ ਹੀ ਅਟਲੇ ਸਿਰਾਂ ਤੋਂ ਲਾਉਂਦੇ ਚੁੰਨੀਆਂ, ਤੇਰੇ 21 ਸਾਲਾਂ ਦੇ ਯਟਰ ਬਾਈ ਬਾਈ ਕਹਿੰਦੀ ਦੁਨੀਆ, ਤੇਰੇ 21 ਸਾਲਾਂ ਦੇ ਯਾਤਰਾ ਹੋ ਬਾਈ ਬਾਈ ਕਹਿੰਦੀ ਦੁਨੀਆ। ਬਾਕੀ ਕਹਿੰਦੇ ਚਰਚੇ ਹੋਏ ਮੇਰੇ ਵੀਰੋ, ਆਰ ਸਿੱਧੂ ਮੂਸੇਵਾਲੇ ਦੀਆਂ ਕਹਿੰਦੇ ਯਾਰਨਾ ਜੁਗੀ ਨੇ, ਆਰ ਮੇਰੇ ਵੀਰੋ ਕਿਹੜੇ ਸਿੱਧੂ ਜੀ ਤੇ ਆਰ ਮੇਰੇ ਵੀਰੋ ਗੱਲਾਂ ਹੁੰਦੀਆਂ। ਮੈਂ ਚੜੂ ਬਾਈ ਲਾਸਟ ਬਾਲ ਤੱਕ ਜਾਊ ਮੈਚ, 8-19 ਰਹਿ ਗਏ, 8-19 ਵਿੱਚ ਗੱਲਾਂ ਵੀ ਸ਼ਾਹ ਮੁਹੰਮਦ ਇੱਥੋਂ ਕੱਢੇ ਹੋਏ ਫੇਰ ਮੈਂ ਤੈਨੂੰ ਮੰਨਾ, ਸ਼ਾਹ ਮੁਹੰਮਦ ਇੱਥੋਂ ਕੱਢੇ ਫੇਰ ਮੈਂ ਤੈਨੂੰ ਮੰਨਾ। ਉਹ ਬੀਨ ਦੀ ਹਾਂਜੀ ਹਾਂਜੀ ਵਧੀਆ ਵੀਰੇ ਵਧੀਆ, ਤਾਰੇ ਮੁੰਡੇ ਲਈ ਜ਼ੋਰ ਨਾਲ ਯਾਰ, ਆਹ ਕਿਤੇ ਕਮਾਲ ਦੀਆਂ ਬਾਲਾਂ ਪਾ ਰਹੇ, ਸਿਰੇ ਦੀਆਂ ਬਾਲਾਂ ਪਾ ਰਿਹਾ ਲੈ ਦੱਸੋ, ਏਦਾਂ ਨੀ ਏਦਾਂ ਨੀ ਮੈਚ ਜਿੱਤਿਆ ਯਾਰ। ਸਾਹਮਣੇ ਸਾਹਮਣੇ ਬਾਲ ਜਿਹੜੀ ਵਾਈਡ ਹੋ ਗਈ ਹੈ, ਰੋਟੀ ਵਾਲਾ ਵੀਰੇ ਰੋਟੀ ਵਾਲਾ, ਉਹ ਪੀਣ ਐਕਸਟਰਾ ਰੋਕਾ ਜੇ ਰੋਸਾ ਜਿਹੜਾ ਉਹ ਸ਼ੱਕਾ ਵਾਸੂ ਲਾਜ਼ਮੀ ਹੋ ਗਿਆ, ਜੇ ਆਹ ਬਾਲ ਤੇ ਸ਼ੱਕਾ ਨਾ ਵੱਜਿਆ ਤੇ ਬਾਅਦ ਚੋਂ ਪਰੌੜੇ ਬਾਹਰੇ ਔਖੇ ਹੋ ਜਾਣੇ ਆ। ਬਾਲ ਫੇਰ ਮੁੰਡਾ ਕਿਤੇ ਕਮਾਲ ਜਿਹੜੀ ਕਰ ਗਿਆ, ਰਨ ਕਿਤੇ ਸ਼ੇਰ ਦੇ ਵਾਧੇ ਜਿਹੜੇ ਕਰ ਦਿੱਤੇ ਆ, ਆਹ ਮੇਰੇ ਵੀਰੋ ਕਿਤੇ ਸ਼ੇਰ ਇਹਨਾਂ ਦੇ ਵਾਧੇ ਕਿਹਨੇ ਜਿਹੜੇ ਕਰ ਦਿੱਤੇ ਆ, ਵੱਡਾ ਕਿਤੇ ਮੈਚ ਖੇਡੇ ਆ ਰਿਹਾ, ਚਰਚੇ ਦੂਰ ਦੁਰਾਡੇ ਆ। ਹਾਂਜੀ ਇੱਕ ਬਾਲ ਬਾਕੀ ਹੈ ਜੀ, ਇੱਕ ਰਹਿੰਦੀ ਇੱਕ ਰਹਿੰਦੀ ਦੀਪੇ ਬਾਈ, ਦੀਪਿਆ ਹਲੇ ਮੁੱਕਿਆ ਨਹੀਂ ਲੱਗਦਾ, ਪਤਾ ਨੀ ਜਿਵੇਂ ਲਗਾਨ ਫਿਲਮ ਲਾਤੀ ਹੋਵੇ ਚੰਦਰਿਆਂ ਨੇ, 6-6 ਬਾਲਾਂ ਦਾ ਓਵਰ ਵੀ ਐ ਲੱਗਦਾ ਜਿਵੇਂ ਲਗਾਨ ਫਿਲਮ ਲਾਤੀ ਹੋਵੇ ਚੰਦਰਿਆਂ ਨੇ, ਮੁੱਕਣ ਦਾ ਨਾਂ ਹੀ ਨੀ ਲੈ ਰਿਹਾ। ਪੈਂਦੀ ਬਾਲ, ਓ ਹੋ 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 ਹੋ,
ਵਾਲੀ ਇੱਥੇ ਆ ਤੇ ਅੱਜ ਦਸਰਾ ਮਚੋਈ ਦੇ ਵਿੱਚ ਵੀ ਜਿੱਤਿਆ ਕਿੰਨੇ ਆ ਕਿੰਨੇ ਹੋ ਗਏ ਨੇ ਵੀ ਪੁੱਛ ਲਾ ਹੁਣ ਕਿੰਨੇ ਹੋ ਗਏ ਜੀ ਛੇ ਜੀ ਛੇ ਚੌਂਤਰ ਇੱਕ ਛੱਕਾ ਰਹਿ ਗਿਆ ਛੇ ਵਾਲਾ ਛੇ ਰਹਿ ਗਿਆ ਹੈ ਛੇ ਵਾਲਾ ਛੇ ਰਹਿ ਗਿਆ ਹੈ ਲੈ ਵੀ ਪ੍ਰੇਮ ਬਾਈ ਪੁੱਛ ਲਾ ਹੁਣ ਮੋਟੇ ਨੂੰ ਖਾਨ ਦਲਵੀਰ ਕਹਿੰਦਾ ਮੇਰਾ ਭਾਵੇ ਸੋਲਾਂ ਤੇ ਗਿਆਰਾਂ ਸਤਾਈ ਸੌ ਹੋ ਗਿਆ ਲਾਓ ਸਤਾਈ ਸੌ ਸਤਾਈ ਸੌ ਸਤਾਈ ਸੌ ਮੇਰੇ ਵੀਰੋ ਬਾਲ ਪੰਬ ਲਈ ਰਾਜਵੀਰ ਬਾਈ ਆਸਟ੍ਰੇਲੀਆ ਕਹਿੰਦਾ ਮੇਰਾ ਭਾਵੇ ਉਹ ਸੈਂਤੀ ਸੌ ਹੋ ਗਿਆ ਪੰਜ ਸੌ ਪਾ ਦੇ ਅਨਮਰ ਸਿੰਘ ਦਾ ਤੇ ਕੁੱਲ ਬਣਾ ਕੇ ਬਿਆਲੀ ਸੌ ਹੋ ਗਿਆ ਬਿਆਲੀ ਸੌ ਬਿਆਲੀ ਸੌ ਬਿਆਲੀ ਸੌ ਪਰ ਫੈਸਲੇ ਨੋ ਨੋ ਜਾਂ ਵਾਈਡ ਨੋ 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 ਹੋ ਗਿਆ ਰਹਿ ਗਏ ਪੰਜ ਰਹਿ ਗਏ ਪੰਜ ਮੱਥਿਆ ਬੜੇ ਪਾਸੇ ਆ ਗਏ ਬੱਲੇ 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 ਇੱਕ ਜੁੜ ਗਿਆ ਇੱਕ ਜੁੜ ਗਿਆ ਉਹ ਪੰਜ ਵੱਲੋਂ ਚਾਰ ਹੈ ਉਹ ਦਰਸ਼ਕੋ ਜਿੱਦਾਂ ਨੇ ਸੇਵੀ ਦੀ ਉਮੀਦ ਸੀ ਇਕਵੰਜਾ ਹਜ਼ਾਰ ਆ ਵੀਰੇ ਪਹਿਲਾਂ ਇਕਵੰਜਾ ਦੋਨਾਂ ਟੀਮਾਂ ਦੇ ਨਾਂ ਦੇ ਜੋੜਨਾ ਸਿਰੇ ਦਾ ਕਿਲੇ ਮੈਚ ਲੱਗ ਗਿਆ ਸਿਰੇ ਦਾ ਮੈਚ ਲੱਗ ਗਿਆ ਆਹ ਮੇਰੇ ਵੀਰੋ ਕਿਲੇ ਮਤੋਈ ਦੇ ਰੇਟ ਤੇ ਆਹ ਕਦੋਂ ਫਰਾਈ ਹੋ ਗਿਆ ਆਹ ਮੇਰੇ ਵੀਰੋ ਬਾਲ ਕਿਲੇ ਫੇਲ ਆਊਟ ਹੋ ਗਈ ਚਾਰ ਵੱਲੋਂ ਚਾਰ ਰਹਿ ਗਏ ਚਾਰ ਵੱਲਾਂ ਚਾਰ ਰਹਿ ਗਏ ਬਾਈ ਚਾਰ ਵੱਲਾਂ ਚਾਰ ਸਾਨੇ ਵਾਲੇ ਜੇਤੂ ਆ ਵੀਰੇ ਹੋਰ ਚਾਰ ਵੱਜ ਗਏ ਜੀ ਆਪਾਂ ਸਮਾਂ ਦੱਸ ਦੇ ਵੀ ਕਿੰਨੇ ਟਾਈਮ ਤੇ ਆਪਾਂ ਮੈਚ ਸ਼ੁਰੂ ਕਰਾਉਣਾ ਟੀਮ ਟੀਮ ਕਿੰਨੀ ਰਸ ਦੇ ਲਈ ਚਾਰ ਵੱਜ ਗਏ ਨਹੀਂ ਰਵੀ ਬਾਜੀ ਦਸ ਚਾਰ ਪੰਦਰਾਂ ਦੇ ਮੈਚ ਜਿਹੜੇ ਸ਼ੁਰੂ ਕਰਵਾ ਦਿੱਤਾ ਯਾਰ ਟੀਮਾਂ ਰਸ ਗੱਲ ਬਾਕੀ ਪੰਦਰਾਂ ਮਿੰਟ ਦੀ ਜਿਹੜੀ ਬ੍ਰੇਕ ਹੈ ਸਵਾ ਚਾਰ ਵਜੇ ਜਿਹੜਾ